ਬਹੁਤ ਹੀ ਸਤਿਕਾਰਯੋਗ ਅਧਿਆਪਕ ਸਹਿਬਾਨ ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਮੈਂ ਬਲਜੀਤ ਸਿੰਘ ਲੈਕਚਰਰ ਜੀਓਗ੍ਰਾਫੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਮਲੋ ਜਿਲ੍ਹਾ ਸ਼ਰੀਫ ਅਧਗੜ ਸਾਹਿਬ ਤੋਂ ਅੱਜ ਆਪਾਂ ਆਪਣੀ ਕਿਤਾਬ ਦੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਟੌਪਿਕ ਮਨੁੱਖੀ ਬਸਤੀਆਂ ਵਸੇਵੇਂ ਬਾਰੇ ਵਿਸਥਾਰਪੂਰਵਕ ਚਰਚਾ ਕਰਾਂਗੇ ਪਿਆਰੇ ਵਿਦਿਆਰਥੀਓ ਇਸ हिस्से ਦੇ ਵਿੱਚ ਆਪਾਂ ਨੇ ਬਹੁਤ ਸਾਰੇ ਛੋਟੇ ਅਤੇ ਵੱਡੇ ਪ੍ਰਸ਼ਨ ਜਿਹੜੇ ਐਗਜ਼ਾਮ ਪੁਆਇੰਟ ਆਫ 뷰 ਦੇ ਅਨੁਸਾਰ ਪੁੱਛੇ ਜਾਂਦੇ ਆ ਉਹਨਾਂ ਬਾਰੇ ਵੀ ਗੱਲ ਕਰਾਂਗੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਵੀ ਧਰਤੀ ਦੇ ਉੱਪਰ ਮਨੁੱਖ ਜਿਹੜਾ ਵਾ ਉਹ ਰਹਿੰਦਾ ਜੀਵਨ ਬਿਤਾਉਂਦਾ ਪਰ ਜੇ ਆਪਾਂ ਇਹ ਕਹੀਏ ਵੀ ਮਨੁੱਖ ਦੇ ਜੀਵਨ ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਨੇ ਉਹ ਕਿਹੜੀਆਂ ਜ਼ਰੂਰਤਾਂ ਨੇ ਜਿਹੜੀਆਂ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਤਾਂ ਪਹਿਲਾ ਪ੍ਰਸ਼ਨ ਇਹੀ ਬਣਦਾ ਹੈ ਵੀ ਮਨੁੱਖ ਦੇ ਜੀਵਨ ਦੇ ਵਿੱਚ ਸਭ ਤੋਂ ਜ਼ਰੂਰੀ ਲੋੜਾਂ ਕਿੰਨੀਆਂ ਨੇ ਤਾਂ ਤੁਹਾਨੂੰ ਪਲੀ ਪੰਤੀ ਪਤਾ ਪਿਆਰੇ ਵਿਦਿਆਰਥੀਓ ਵੀ ਤਿੰਨ ਲੋੜਾਂ ਨੇ ਉਹਨਾਂ ਤਿੰਨ ਲੋੜਾਂ ਦੇ ਵਿੱਚ ਆਪਾਂ ਇੱਕ ਇੱਕ ਕਰਕੇ ਰੋਟੀ ਕਪੜਾ ਤੇ ਮਕਾਨ ਤਿੰਨਾਂ ਦਾ ਨਾਮ ਲੈਨੇ ਆ ਇਹ ਬਹੁਤ ਤੁਸੀਂ ਛੋਟੀਆਂ ਕਲਾਸਾਂ ਤੋਂ ਇਹ ਪੜ੍ਹਦੇ ਆਏ ਹੋ ਪਰ ਜੇਕਰ ਪੁੱਛਿਆ ਜਾਵੇ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਜ਼ਰੂਰੀ ਕਿਹੜਾ ਹੈ ਰੋਟੀ ਕੱਪੜਾ ਜਾਂ ਮਕਾਨ ਦੇ ਵਿੱਚੋਂ ਕਿਹੜੀ ਜਿਹੜੀ ਲੋੜ ਆ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਆ ਤਾਂ ਤੁਸੀਂ ਆਪਣੇ ਆਪ ਨੂੰ ਸਵਾਲ ਕਰਦੇ ਹੋ ਕਿਉਂਕਿ ਇਹ ਤਿੰਨੇ ਚੀਜ਼ਾਂ ਨੇ ਜਿਹੜੀਆਂ ਮਨੁੱਖ ਦੇ ਜੀਵਨ ਚੱਕਰ ਨੂੰ ਚਲਾਉਂਦੀਆਂ ਨੇ ਪਰ ਜੇਕਰ ਅਸੀਂ ਇਹ ਕਹੀਏ ਵੀ ਹਰ ਇੱਕ ਮਨੁੱਖ ਇੱਕ ਸੁਰੱਖਿਅਤ ਥਾਂ ਤੇ ਰਹਿਣਾ ਚਾਹੁੰਦਾ ਹੈ ਜਿੱਥੇ ਉਹ ਹਰ ਤਰ੍ਹਾਂ ਦੇ ਮੌਸਮ ਤੋਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਬਚਾ ਸਕੇ ਤਾਂ ਉਹਨੂੰ ਅਸੀਂ ਘਰ ਕਹਿੰਦੇ ਆ ਮਕਾਨ ਤਾਂ ਜੇਕਰ ਆਪਾਂ ਰੋਟੀ ਕੱਪੜੇ ਦੀ ਗੱਲ ਕਰਦੇ ਆਂ ਇਹ ਪੁਰਾਣਾ ਜਾਂ ਜਿੱਦਾਂ ਕਹਿੰਦੀ ਵੀ ਚੱਲ ਜਾਊਗਾ ਪਰ ਹਰ ਇੱਕ ਦੇ ਕੋਲ ਆਪਣਾ ਜਿਹੜਾ ਮਕਾਨ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਅੱਜ ਅਸੀਂ ਮਨੁੱਖੀ ਬਸਤੀਆਂ ਧਰਤੀ ਦੇ ਉੱਪਰ ਮਨੁੱਖ ਕਿੱਥੇ ਰਹਿ ਰਿਹਾ ਤੇ ਉਹਨਾਂ ਦੀ ਗਿਣਤੀ ਦੇ ਅਨੁਸਾਰ ਅਸੀਂ ਉਹਨਾਂ ਨੂੰ ਕਿਹੜੇ-ਕਿਹੜੇ ਨਾਵਾਂ ਦੇ ਨਾਲ ਪੜ੍ਹਦੇ ਆਂ ਉਹਨਾਂ ਬਾਰੇ ਵਿਸਥਾਰਪੂਰਵਕ ਆਪਾਂ ਗੱਲ ਕਰਾਂਗੇ ਤਾਂ ਮਨੁੱਖੀ ਬਸਤੀਆਂ ਵਸੇਵੇਂ ਤੇ ਤੀਸਰਾ ਅਸੀਂ ਇਹਨੂੰ ਜਿਹੜਾ ਹੁਣੇ-ਹੁਣੇ ਆਪਾਂ ਕਹਿ ਕੇ ਹਟਿਆ ਵੀ ਆਪਾਂ ਇਹਨੂੰ ਘਰ ਦਾ ਨਾਮ ਦਿੰਨੇ ਆ ਤਾਂ ਉਹ ਜਗ੍ਹਾ ਜਿੱਥੇ ਮਨੁੱਖ ਪੱਕੇ ਤੌਰ ਤੇ ਘਰ ਬਣਾ ਕੇ ਰਹਿੰਦਾ ਉਹਨੂੰ ਅਸੀਂ ਮਨੁੱਖੀ ਬਸਤੀ ਸੈਟਲਮੈਂਟ ਤੇ ਵਸੀਮਾ ਕਹਿੰਦੇ ਆ ਵਸੀਮਾ ਐਦਾਂ ਦਾ ਸ਼ਬਦ ਆ ਸ਼ਾਇਦ ਅਸੀਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਵਰਤਦੇ ਨਹੀਂ ਹੈਗੇ ਪਰ ਸਾਨੂੰ ਪਤਾ ਹੋਣਾ ਚਾਹੀਦਾ ਮਨੁੱਖੀ ਬਸਤੀਆਂ ਨੂੰ ਸਥਿਤੀ ਆਕਾਰ ਗਿਣਤੀ ਕੰਮ ਯੋਜਨਾ ਦੇ ਆਧਾਰ ਤੇ ਅਸੀਂ ਪਿਆਰੇ ਵਿਦਿਆਰਥੀਓ ਦੋ ਭਾਗਾਂ ਦੇ ਵਿੱਚ ਵੰਡ ਲਾਂਗੇ ਤਾਂ ਹੁਣ ਜੇ ਪ੍ਰਸ਼ਨ ਬਣ ਜਾਂਦਾ ਵਾ ਵੀ ਮਨੁੱਖੀ ਬਸਤੀਆਂ ਕਿੰਨੇ ਤਰ੍ਹਾਂ ਦੀਆਂ ਨੇ ਤਾਂ ਦੋ ਤਰ੍ਹਾਂ ਦੀਆਂ ਨੇ ਇੱਕ ਹੁੰਦੀਆਂ ਨੇ ਪਿੰਡੂ ਬਸਤੀਆਂ ਜਿਨੂੰ ਅਸੀਂ ਰੂਰਲ ਸੈਟਲਮੈਂਟਸ ਕਹਿੰਦੇ ਆ ਦੂਸਰਾ ਸ਼ਹਿਰੀ ਬਸਤੀਆਂ ਜਿਨੂੰ ਅਸੀਂ ਅਰਬਨ ਸੈਟਲਮੈਂਟ ਕਹਿੰਦੇ ਆ ਤਾਂ ਦੋਨਾਂ ਤਰ੍ਹਾਂ ਦੀਆਂ ਸੈਟਲਮੈਂਟ ਦੋਨਾਂ ਤਰ੍ਹਾਂ ਦੀਆਂ ਬਸਤੀਆਂ ਦੇ ਵਿੱਚ ਮਨੁੱਖਾਂ ਦੀ ਗਿਣਤੀ ਦੇ ਅਨੁਸਾਰ ਇਹਨਾਂ ਨੂੰ ਅੱਗੇ ਵੱਖ-ਵੱਖ ਆਕਾਰਾਂ ਦੇ ਅਨੁਸਾਰ ਆਪਾਂ ਪੜਾਂਗੇ ਤਾਂ ਗੱਲ ਕਰਦੇ ਹਾਂ ਪਿੰਡੂ ਬਸਤੀਆਂ ਦੀ ਵਸੇਮਿਆਂ ਦੀ ਰੂਰਲ ਸੈਟਲਮੈਂਟ ਦੀ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਵੀ ਪਿੰਡੂ ਬਸਤੀਆਂ ਤੋਂ ਭਾਵ ਪਿੰਡ ਭਾਰਤ ਪਿੰਡਾਂ ਦਾ ਦੇਸ਼ ਹੈ ਸਭ ਤੋਂ ਜ਼ਿਆਦਾ ਪਿੰਡ ਜਿਹੜਾ ਪਾਏ ਜਾਂਦੇ ਨੇ ਕਿਉਂਕਿ ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਅੱਜ ਦੇ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਨਿਵਾਸ ਕਰਦੀ ਹੈ ਤਾਂ ਪਿੰਡਾਂ ਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਆ ਪਿੰਡਾਂ ਦੀ ਜਿਹੜੀ ਕੁੱਲ ਆਬਾਦੀ ਹੈ ਭਾਰਤ ਦੀ ਕੁੱਲ ਆਬਾਦੀ ਦਾ 68.84 ਦੇਖੋ ਇਦਾਂ ਦੇ ਪ੍ਰਸ਼ਨ ਪਿਆਰੇ ਵਿਦਿਆਰਥੀਓ ਜਿਹੜੇ ਜਿਹਨੂੰ ਆਪਾਂ ਮਲਟੀਪਲ ਚੁਆਇਸ ਦੇ ਵਿੱਚ ਕਹਿੰਦੇ ਆ ਉਹ ਆਉਂਦੇ ਆ ਤਾਂ ਤੁਸੀਂ ਇਹਨਾਂ ਨੂੰ ਯਾਦ ਰੱਖਣਾ ਵਾ ਤੇ ਦੇਸ਼ ਦੇ ਵਿੱਚ ਕੁੱਲ ਕਿੰਨੇ ਪਿੰਡ ਨੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਸੇ ਵੀ ਤਰ੍ਹਾਂ ਦੇ ਇਗਜ਼ਾਮ ਜੋ ਅੱਜ ਨੌਕਰੀਆਂ ਦੇ ਲਈ ਹੋ ਰਹੇ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਸ਼ਨ ਵਾਰ-ਵਾਰ ਪੁੱਛੇ ਜਾਂਦੇ ਆ ਤਾਂ ਪਿੰਡਾਂ ਦੀ ਜਿਹੜੀ ਗਿਣਤੀ ਆ ਸਾਡੇ ਭਾਰਤ ਦੇ ਵਿੱਚ ਉਹ ਕਿੰਨੀਆਂ 640900ਤੀ ਤਾਂ ਜਿੱਦਾਂ ਤੁਸੀਂ ਇੱਕ ਫੋਨ ਨੰਬਰ ਯਾਦ ਕਰਦੇ ਹੋ ਤੁਸੀਂ ਇਹਨੂੰ ਟੁਕੜਿਆਂ ਦੇ ਵਿੱਚ ਯਾਦ ਕਰ ਸਕਦੇ ਹੋ ਤਾਂ ਕਿੰਨੀ ਗਿਣਤੀ ਹੈ 6,40,930 ਤੇ ਹਰ ਇੱਕ ਜਿਹੜਾ ਪਿੰਡ ਹੈਗਾ ਤੁਸੀਂ ਆਪਾਂ ਪਿੰਡ ਦੇ ਵਿੱਚ ਇਹ ਨਹੀਂ ਕਹਾਂਗੇ ਵੀ ਲੋਕ ਰਹਿੰਦੇ ਆ ਉਸ ਪਿੰਡ ਦੀ ਜਿਹੜੀ ਜ਼ਮੀਨ ਆ ਉਹਨੂੰ ਵੀ ਉਹਦੇ ਦਾਇਰੇ ਦੇ ਵਿੱਚ ਆਪਾਂ ਰੱਖ ਕੇ ਚੱਲਦੇ ਆਂ ਵੀ ਔਸਤ ਇੱਕ ਪਿੰਡ ਦਾ ਜਿਹੜਾ ਏਰੀਆ ਵਾ ਉਹ 5.5 ਵਰਗ ਕਿਲੋਮੀਟਰ ਦਾ ਵਾ ਤੇ ਇੱਕ ਪਿੰਡ ਦੀ ਜਿਹੜੀ ਔਸਤ ਜਨਸੰਖਿਆ ਵਾ ਉਹ 1395 ਵਿਅਕਤੀ ਆ ਇਹ ਜਦੋਂ ਸੈਂਸਸ 2011 ਦੇ ਵਿੱਚ ਪਿਆਰੇ ਵਿਦਿਆਰਥੀ ਹੋਇਆ ਸੀ ਨਾ ਤਾਂ ਉਹਦੇ ਵਿੱਚ ਇਹ ਡਾਟਾ ਨਿਕਲ ਕੇ ਆਇਆ ਹੁਣ ਜਦੋਂ ਸੈਂਸਸ ਹੋਊਗਾ ਤਾਂ ਨਿਸ਼ਚਿਤ ਤੌਰ ਤੇ ਜਿਹੜਾ ਡਾਟਾ ਵਾ ਉਹ ਅਪਡੇਟ ਹੋਊਗਾ ਚੇਂਜ ਹੋਊਗਾ ਪਰ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਜਿਹੜਾ ਇੱਕ ਪਿੰਡ ਆ ਔਸਤ ਪਿੰਡ ਆ ਇਹ ਨਹੀਂ ਹੈਗਾ ਵੀ ਸਾਰੇ ਦੇ ਸਾਰੇ ਪਿੰਡਾਂ ਦਾ ਆਕਾਰ ਹੋ ਸਕਦਾ ਛੋਟੇ ਵੀ ਹੋ ਸਕਦੇ ਨੇ ਪਿੰਡ ਵੱਡੇ ਵੀ ਪਰ ਇੱਕ ਔਸਤ ਜਿਹੜਾ ਆਕਾਰ ਹੈਗਾ ਉਹ ਹੈ 5.5 ਵਰਗ ਕਿਲੋਮੀਟਰ ਤੇ ਇੱਕ ਪਿੰਡ ਦੇ ਵਿੱਚ ਕਿੰਨੀ ਗਿਣਤੀ ਆ ਉੱਥੇ ਦੇ ਵਸਨੀਕਾਂ ਦੀ ਗਿਣਤੀ ਹੈਗੀ ਆ 1300 1395 ਵਿਅਕਤੀ ਠੀਕ ਹੈ ਹੁਣ ਗੱਲ ਕਰਦੇ ਆ ਪੰਜਾਬ ਦੀ ਤਾਂ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਪੰਜਾਬ ਦੇ ਵਿੱਚ ਕਿੰਨੇ ਪਿੰਡ ਨੇ ਤਾਂ ਸਾਡੇ ਆਪਣੇ ਰਾਜ ਦੇ ਵਿੱਚ 12581 ਪਿੰਡ ਨੇ 12581 ਪਿੰਡ ਦੇ ਪਿੰਡਾਂ ਦੇ ਵਿੱਚ ਇੱਕ 1 ਕਰੋੜ 73 ਲੱਖ 44192 ਜਿਹੜੇ ਵਿਅਕਤੀ ਨੇ ਉਹ ਰਹਿ ਰਹੇ ਨੇ ਇਹ ਡਾਟਾ ਫਿਰ 2011 ਦੀ ਜਨਗਣਨਾ ਅਨੁਸਾਰ ਪਿੰਡਾਂ ਦੀ ਔਸਤ ਜਿਹੜੀ ਆਪਾਂ ਕਹਿ ਦਿੰਨੇ ਆ ਵੀ ਗਿਣਤੀ ਆ ਵਿਅਕਤੀਆਂ ਦੀ ਉਹ ਹੈਗੀ ਆ 1425 ਤਾਂ 1425 ਵਿਅਕਤੀ ਇੱਕ ਪਿੰਡ ਦੇ ਵਿੱਚ ਰਹਿ ਰਹੇ ਨੇ ਤੇ ਘਣਤਾ ਦੀ ਗੱਲ ਕਰਦੇ ਆ ਤਾਂ ਫਿਰ ਪੰਜਾਬ ਦੇ ਵਿੱਚ ਘਣਤਾ ਜਿਹੜੀ ਹੈਗੀ ਆ ਉਹ 344 ਆ ਤੁਸੀਂ ਇਸ ਦਾ ਗਿਆਨ ਪਹਿਲਾਂ ਪ੍ਰਾਪਤ ਕਰ ਲਿਆ ਵੀ ਗਿਣਤੀ ਤੇ ਘਣਤਾ ਦੇ ਵਿੱਚ ਫਰਕ ਹੁੰਦਾ ਜਦੋਂ ਅਸੀਂ ਗੱਲ ਘਣਤਾ ਦੀ ਕਰਦੇ ਆ ਤਾਂ ਇੱਕ ਵਰਗ ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਰਹਿ ਰਹੇ ਨੇ ਉਹਨਾਂ ਦੀ ਗਿਣਤੀ ਨੂੰ ਇਹਦੇ ਵਿੱਚ ਲਿਖਿਆ ਜਾਂਦਾ ਵੀ ਇੱਕ ਵਰਗ ਕਿਲੋਮੀਟਰ ਦੇ ਵਿੱਚ ਕਿੰਨੇ ਤਾਂ ਪੰਜਾਬ ਦੇ ਵਿੱਚ ਇੱਕ ਵਰਗ ਕਿਲੋਮੀਟਰ ਦੇ ਵਿੱਚ ਕਿੰਨੇ ਲੋਕ ਰਹਿ ਰਹੇ ਨੇ 344 ਤਾਂ ਪੰਜਾਬ ਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਪਿੰਡਾਂ ਦੀ ਗਿਣਤੀ ਆ ਤਾਂ ਅਸੀਂ ਦੋਨਾਂ ਦੋ ਪ੍ਰਸ਼ਨ ਇਹਦੇ ਵਿੱਚੋਂ ਨਿਕਲ ਕੇ ਆਉਂਦੇ ਆ ਵੀ ਪਹਿਲਾ ਪ੍ਰਸ਼ਨ ਇਹ ਬਣ ਜਾਂਦਾ ਵੀ ਪੰਜਾਬ ਦੇ ਵਿੱਚੋਂ ਕਿਹੜਾ ਜ਼ਿਲ੍ਹਾ ਵਾ ਜੀ ਚ ਸਭ ਤੋਂ ਜ਼ਿਆਦਾ ਪਿੰਡ ਨੇ ਦੂਸਰਾ ਪੰਜਾਬ ਚ ਕਿਹੜਾ ਜ਼ਿਲ੍ਹਾ ਹੈ ਜਿਹਦੇ ਵਿੱਚ ਸਭ ਤੋਂ ਘੱਟ ਪਿੰਡ ਨੇ ਤਾਂ ਫਿਰ ਉੱਥੇ ਸ਼ਹਿਰ ਜ਼ਿਆਦਾ ਨੇ ਤਾਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤਕਰੀਬਨ 87.3 ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ 40.8% ਵਸੋਂ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਵਾਸ ਕਰਦੀ ਆ ਹੁਣੇ ਪਿੰਡ ਕਿੱਥੇ ਕਿੱਥੇ ਹੋ ਸਕਦੇ ਆ ਪਹਿਲੀ ਗੱਲ ਮਦਾਨਾ ਦੇ ਵਿੱਚ ਪਿੰਡ ਮਿਲਦੇ ਆ ਦੂਸਰਾ ਸਮੁੰਦਰ ਦੇ ਕਿਨਾਰਿਆਂ ਦੇ ਉੱਪਰ ਵੀ ਪਿੰਡ ਮਿਲਦੇ ਆ ਤੀਸਰਾ ਪਹਾੜਾਂ ਦੀਆਂ ਢਲਾਨਾਂ ਤੇ ਵੀ ਪਿੰਡ ਮਿਲਦੇ ਆ ਤਾਂ ਪਿੰਡ ਤੁਸੀਂ ਕਿਸੇ ਪਾਸੇ ਨੂੰ ਵੀ ਸਫ਼ਰ ਕਰੋਗੇ ਕਿਸੇ ਵੀ ਰਾਜ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੇ ਪਿੰਡ ਨੇ ਉਹ ਦਿਖਾਈ ਦੇਣਗੇ ਸੜਕਾਂ ਦੇ ਉੱਪਰ ਵਟੈਵਰ ਕਿਸੇ ਵੀ ਥਾਂ ਦੇ ਉੱਪਰ ਤਾਂ ਪਿੰਡਾਂ ਦੀ ਜਿਹੜੀ ਲੋਕੇਸ਼ਨ ਆਪਾਂ ਫਿਰ ਕਹਿ ਰਹੇ ਹਾਂ ਵੀ ਮੈਦਾਨਾਂ ਦੇ ਵਿੱਚ ਵੀ ਪਿੰਡ ਪਾਏ ਜਾਂਦੇ ਆ ਢਲਾਨਾਂ ਤੇ ਵੀ ਪਾਏ ਜਾਂਦੇ ਆ ਤੇ ਸਮੁੰਦਰ ਦੇ ਕਿਨਾਰਿਆਂ ਤੇ ਵੀ ਪਾਏ ਜਾਂਦੇ ਆ ਪਿੰਡੂ ਬਸਤੀਆਂ ਕਿਸ ਤਰੀਕੇ ਦੀਆਂ ਜਾਂ ਉਹਨਾਂ ਦੀ ਸ਼ੇਪ ਦੇ ਅਨੁਸਾਰ ਉਹਨਾਂ ਦੇ ਆਕਾਰ ਦੇ ਅਨੁਸਾਰ ਉਹਨਾਂ ਨੂੰ ਕਿਹੜੇ-ਕਿਹੜੇ ਨਾਮ ਦਿੱਤੇ ਜਾਂਦੇ ਆ ਤੁਸੀਂ ਇਹਨੂੰ ਯਾਦ ਰੱਖਣਾ ਜਿਹੜਾ ਇਹ ਪ੍ਰਸ਼ਨ ਹੈਗਾ ਇਹਦੇ ਵਿੱਚ ਤੁਸੀਂ ਡਾਇਗਰਾਮ ਬਣਾਓਗੇ ਤਾਂ ਜਲਦੀ ਨਾਲ ਆਪੀਆਂ ਗੱਲਾਂ ਤੁਸੀਂ ਸਮਝਾ ਸਕਦੇ ਹੋ ਲਿਖਣ ਦੀ ਥਾਂ ਤੇ ਲਿਖਣ ਦੇ ਨਾਲ-ਨਾਲ ਤੁਹਾਨੂੰ ਡਾਇਗਰਾਮ ਨੂੰ ਸਮਝਣਾ ਤੇ ਸਮਝਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਆਉਂਦਾ ਹੋਣਾ ਚਾਹੀਦਾ ਤਾਂ ਪਿੰਡੂ ਬਸਤੀਆਂ ਦੇ ਵਿੱਚ ਪਹਿਲੀ ਜਿਹੜੀ ਹੈਗਾ ਕਿਸਮ ਹੈਗੀ ਆ ਉਹ ਹੈਗੀ ਆ ਰੇਖੀ ਨਮੂਨਾ ਇਨੂੰ ਰੀਬਨ ਜਾਂ ਰੱਸੀ ਵਰਗਾ ਨਮੂਨਾ ਵੀ ਕਹਿੰਦੇ ਆ ਤਾਂ ਪਿਆਰੇ ਵਿਦਿਆਰਥੀਓ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਵੀ ਕਿਸੇ ਵੀ ਸੜਕ ਦੇ ਵਾਲੇ ਦਿਵਾਲੇ ਜਾਂ ਕਿਸੇ ਨਹਿਰ ਦੇ ਵਾਲੇ ਦਿਵਾਲੇ ਜਦੋਂ ਦੋਨੋਂ ਸਾਈਡ ਘਰ ਐਦਾਂ ਦੇ ਬਣ ਜਾਂਦੇ ਆ ਤਾਂ ਅਸੀਂ ਉਸ ਆਕ੍ਰਿਤੀ ਨੂੰ ਉਸ ਸ਼ੇਪ ਨੂੰ ਅਸੀਂ ਐਦਾਂ ਦੀ ਬਸਤੀ ਨੂੰ ਕਿਹੜੀ ਕਹਿੰਦੇ ਆ ਉਹਨੂੰ ਰੇਖਿਕ ਨਮੂਨਾ ਕਹਿੰਦੇ ਆ ਜਾਂ ਉਹਨੂੰ ਰੀਬਨ ਵਰਗਾ ਜਾਂ ਉਹਨੂੰ ਰੱਸੀ ਵਰਗਾ ਨਮੂਨਾ ਕਹਿੰਦੇ ਆ ਕਿਉਂਕਿ ਦੇਖੋ ਸੜਕ ਦੇ ਦੋਨੋਂ ਸਾਈਡ ਜਿਹੜੇ ਘਰ ਮਿਲ ਜਾਂਦੇ ਨੇ ਇਹ ਜਿਹੜਾ ਪ੍ਰਸ਼ਨ ਆਪਿਆਰੇ ਵਿਦਿਆਰਥੀ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਦੋਂ ਜਾਂਦੇ ਹੋ ਤੁਸੀਂ ਸਕੂਲ ਆਉਂਦੇ ਹੋ ਜਾਂ ਕਿਸੇ ਵੀ ਥਾਂ ਕਿਸੇ ਵੀ ਸ਼ਹਿਰ ਜਾਂਦੇ ਹੋ ਤਾਂ ਜਿੰਨੀਆਂ ਵੀ ਸੜਕਾਂ ਨੇ ਉਹਨਾਂ ਦੇ ਉੱਪਰ ਕਈ ਵਾਰ ਇਦਾਂ ਦੇ ਪਿੰਡ ਤੁਹਾਨੂੰ ਦਿਖਦੇ ਆ ਤਾਂ ਤੁਸੀਂ ਉਦੋਂ ਇਹ ਚੀਜ਼ਾਂ ਨੋਟ ਕਰ ਸਕਦੇ ਹੋ ਤਾਂ ਤੁਹਾਨੂੰ ਆਸਾਨੀ ਨਾਲ ਇਹ ਚੀਜ਼ਾਂ ਯਾਦ ਰਹਿਣਗੀਆਂ ਵੀ ਤੁਸੀਂ ਕਿਹੜੇ ਪਿੰਡ ਦੇ ਵਿੱਚ ਦੀ ਲੰਘ ਕੇ ਗਏ ਸੀ ਜਿੱਥੇ ਜਿਹੜੀ ਸੜਕ ਦੇ ਦੋਨੋਂ ਸਾਈਡ ਤੁਹਾਨੂੰ ਘਰ ਮਿਲੇ ਤੇ ਜਿਹੜੇ ਪਿੰਡ ਸੜਕ ਤੋਂ ਦੂਰ ਹੋਣਗੇ ਕਿ ਉਹਨਾਂ ਦੀ ਸ਼ੇਪ ਇਦਾਂ ਦੀ ਹੋਊਗੀ ਨਾ ਤਾਂ ਨਹੀਂ ਹੋਊਗੀ ਕਿਉਂਕਿ ਉਹ ਸੜਕ ਤਾਂ ਦੂਰ ਨੇ ਤਾਂ ਜਿਹੜੇ ਪਿੰਡ ਸੜਕਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦੀਆਂ ਛੋਟੀਆਂ ਵੱਡੀਆਂ ਸੜਕਾਂ ਦੇ ਉੱਪਰ ਹੁੰਦੇ ਆ ਤਾਂ ਉਹਨਾਂ ਦਾ ਜਿਹੜੀ ਉਹਨਾਂ ਦੀ ਸ਼ੇਪ ਆ ਉਹ ਰੇਖਿਕ ਨਮੂਨੇ ਜਾਂ ਲਾਈਨਰ ਹੁੰਦੀ ਆ ਠੀਕ ਹੈ ਤਾਂ ਦੂਸਰਾ ਜਿਹੜਾ ਦੂਸਰੀ ਜਿਹੜੀ ਕਿਸਮ ਆ ਜਾਂਦੀ ਆ ਉਹ ਹੈ ਚੈੱਕਬੋਰਡ ਚੈਸਬੋਰਡ ਦਾ ਨਾਮ ਵੀ ਉਹਨੂੰ ਦਿੱਤਾ ਜਾਂਦਾ ਹੁਣ ਇਹਦੇ ਵਿੱਚ ਇੱਕ ਸੜਕ ਦੀ ਥਾਂ ਤੇ ਇੱਕ ਤੋਂ ਵੱਧ ਸੜਕਾਂ ਆ ਜਾਂਦੀਆਂ ਨੇ ਦੋ ਸੜਕਾਂ ਆ ਜਾਂਦੀਆਂ ਨੇ ਤਿੰਨ ਆ ਜਾਂਦੀਆਂ ਨੇ ਤਾਂ ਹੁਣ ਜਿਹੜੇ ਘਰ ਨੇ ਉਹ ਬੰਡੇ ਜਾਂਦੇ ਆ ਦੋ ਤੋਂ ਤਿੰਨ ਸੜਕਾਂ ਦੇ ਉੱਪਰ ਜਿਹੜੇ ਬੰਡੇ ਜਾਂਦੇ ਆ ਦੋ ਤੋਂ ਵੱਧ ਰਸਤਿਆਂ ਦੇ ਉੱਪਰ ਜਦੋਂ ਘਰ ਸਾਨੂੰ ਦੇਖਣ ਨੂੰ ਮਿਲਦੇ ਆ ਤਾਂ ਪਿਆਰੇ ਵਿਦਿਆਰਥੀਓ ਐਦਾਂ ਦੀ ਜਿਹੜੀ ਅਕ੍ਰਿਤੀ ਆ ਉਹ ਨਿਕਲ ਕੇ ਸਾਹਮਣੇ ਸਾਡੇ ਆਉਂਦੀ ਆ ਤੁਸੀਂ ਡਾਇਗਰਾਮ ਪੇਪਰ ਦੇ ਵਿੱਚ ਜ਼ਰੂਰ ਬਣਾਉਣੀ ਆ ਤਾਂ ਕਿ ਤੁਸੀਂ ਸਮਝਾ ਸਕੋ ਵੀ ਤੁਸੀਂ ਆਪਣੀ ਗੱਲ ਨੂੰ ਜਿਹੜੀ ਤੁਸੀਂ ਲਿਖ ਰਹੇ ਹੋ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਡਾਇਗਰਾਮ ਦੇ ਨਾਲ ਸਮਝਾਇਆ ਵਾ ਤਾਂ ਦੋਨੋਂ ਸਾਈਡ ਦੋ ਸੜਕਾਂ ਕ੍ਰੋਸ ਕਰ ਰਹੀਆਂ ਨੇ ਇੱਕ ਰੋਡ ਐ ਸਾਈਡ ਤੋਂ ਇੱਕ ਰੋਡ ਦੂਸਰੀ ਸਾਈਡ ਤੋਂ ਆ ਰਿਹਾ ਤਾਂ ਦੋਨਾਂ ਦੇ ਉੱਪਰ ਸਾਨੂੰ ਜਿਹੜੇ ਘਰ ਨੇ ਉਹ ਦੇਖਣ ਨੂੰ ਮਿਲਦੇ ਆ ਤਾਂ ਇਹ ਉਹ ਪਿੰਡੂ ਬਸਤੀ ਆ ਜਿਹੜਾ ਇੱਕ ਚੈੱਕ ਜਾਇਕ ਕਹ ਦੋ ਜਿਹਨੂੰ ਆਪਾਂ ਦੋ ਰਾਹਾ ਵੀ ਕਹਿ ਦਿੰਨੇ ਆ ਦੋ ਰਹਾਾਂ ਦੇ ਉੱਪਰ ਬਣਿਆ ਹੋਇਆ ਇੱਕ ਇਲਾਕਾ ਦੋ ਕਿਸਮਾਂ ਤੋਂ ਬਾਅਦ ਤੀਸਰੀ ਜਦੋਂ ਅਸੀਂ ਤੀਸਰੀ ਤੇ ਪਹੁੰਚਦੇ ਆ ਤਾਂ ਤੀਸਰੀ ਹੈਗੀ ਆ αιਤਾਕਾਰ αιਤਾਕਾਰ ਦੇ ਵਿੱਚੋਂ ਤੁਹਾਨੂੰ ਪਤਾ ਵੀ ਵਰਗਾਕਾਰ ਤੇ ਆਇਤਾਕਾਰ ਦੇ ਵਿੱਚ ਫਰਕ ਹੁੰਦਾ ਦੋ ਪਜਾਮਾ ਛੋਟੀਆਂ ਤੋਂ ਵੱਡੀਆਂ ਨੇ ਇਸ ਕਿਸਮ ਦੀਆਂ ਜਿਹੜੀਆਂ ਬਸਤੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਘਰ ਨੇ ਉਹ ਇਸ ਤਰੀਕੇ ਦੇ ਨਾਲ ਬਣੇ ਹੁੰਦੇ ਆ ਵੀ ਆਲੇ-ਦੁਆਲੇ ਸੜਕਾਂ ਜਾਂ ਆਲੇ-ਦੁਆਲੇ ਜਿਹੜੇ ਏਰੀਆ ਵਾ ਜਾਂ ਉਹਦੀ ਜਿਹੜੀ ਆਕ੍ਰਿਤੀ ਆ ਉਹ ਦੇਖਣ ਨੂੰ ਸਾਨੂੰ ਕਿਦਾਂ ਦੀ ਲੱਗਦੀ ਆ ਇੱਕ ਆਇਤਾਕਾਰ ਵਰਗੀ ਲੱਗਦੀ ਆ ਦੋ ਪਜਾਮਾ ਦੋਨੋਂ ਸਾਈਡ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਇੱਕ ਸਾਈਡ ਲੰਬੀਆਂ ਪਜਾਮਾ ਦੂਸਰੀ ਸਾਈਡ ਸਾਨੂੰ ਛੋਟੀਆਂ ਪਜਾਮਾ ਦੇਖਣ ਨੂੰ ਮਿਲਦੀਆਂ ਨੇ ਜਿਹਨੂੰ ਅਸੀਂ ਕਿਹੜੀ ਸ਼ੇਪ ਕਹਿੰਦੇ ਆ ਰੈਕਟੈਂਗੂਲਰ ਸ਼ੇਪ ਦਾ ਨਾਮ ਅਸੀਂ ਦਿੰਦੇ ਆ ਚੌਥੀ ਕਿਸਮ ਦੇ ਵਿੱਚ ਪਿਆਰੇ ਵਿਦਿਆਰਥੀ ਅਸੀਂ ਗੱਲ ਕਰਾਂਗੇ ਅਰਧ ਵਿਆਸ ਅਰਧ ਵਿਆਸ ਇੱਕ ਐਦਾਂ ਦੀ ਵਿਵਸਥੀ ਜਿਹੜੀ ਪੂਰਾ ਚੱਕਰ ਨਹੀਂ ਹੈਗਾ ਅੱਧਾ ਚੱਕਰ ਇਸ ਤਰ੍ਹਾਂ ਦੀ ਵਿਵਸਥੀ ਕੇਂਦਰ ਤੋਂ ਸ਼ੁਰੂ ਹੋ ਕੇ ਕੋਈ ਵੀ ਸ਼ਹਿਰ ਆ ਤੁਸੀਂ ਮੈਥੇ ਸ਼ਹਿਰ ਦਾ ਨਾਮ ਤਾਂ ਲੈ ਰਹੇ ਆ ਵੀ ਤੁਸੀਂ ਕਈ ਵਾਰ ਕਿਸੇ ਸ਼ਹਿਰ ਦੇ ਵਿੱਚ ਪਹੁੰਚਦੇ ਹੋ ਜਾਂ ਕਿਸੇ ਇਦਾਂ ਦੇ ਇਲਾਕੇ ਦੇ ਵਿੱਚ ਪਹੁੰਚਦੇ ਹੋ ਤਾਂ ਸੈਂਟਰ ਦੇ ਵਿੱਚ ਕੋਈ ਨਾ ਕੋਈ ਇਦਾਂ ਦੀ ਸਮਾਰਕ ਬਣਿਆ ਹੁੰਦਾ ਜਾਂ ਕੋਈ ਕਿਲਾ ਬਣਿਆ ਹੁੰਦਾ ਜਾਂ ਕੋਈ ਆਪਾਂ ਕਹਿ ਸਕਦੇ ਆ ਵੀ ਕੋਈ ਘੰਟਾ ਘਰ ਬਣਿਆ ਹੋ ਸਕਦਾ ਕੋਈ ਮੰਦਿਰ ਬਣਿਆ ਹੋ ਸਕਦਾ ਕੋਈ ਗੁਰਦੁਆਰਾ ਸਾਹਿਬ ਬਣਿਆ ਹੋ ਸਕਦਾ ਤਾਂ ਸਾਰੇ ਦੇ ਸਾਰੇ ਜਿਹੜੇ ਰਸਤੇ ਆ ਉਸ ਥਾਂ ਤੇ ਜਾ ਕੇ ਖਤਮ ਹੁੰਦੇ ਆ ਪਰ ਕਿਉਂਕਿ ਆਪਾਂ ਇਹਨੂੰ ਕਿਹਾ ਅਰਧ ਵਿਆਸ ਤਾਂ ਇਹ ਪੂਰਾ ਚੱਕਰ ਨਹੀਂ ਹੁੰਦਾ ਇਹਦੇ ਇੱਕ ਸਾਈਡ ਕੋਈ ਨਾ ਕੋਈ ਰੋਕ ਜਿਹੜੀ ਹੋ ਸਕਦੀ ਆ ਕੋਈ ਪਹਾੜ ਹੋ ਸਕਦਾ ਕੋਈ ਨਦੀ ਹੋ ਸਕਦੀ ਆ ਕੋਈ ਵੀ ਇਦਾਂ ਦੀ ਜਗ੍ਹਾ ਜਿਹੜੀ ਇਹਨੂੰ ਪੂਰਾ ਚੱਕਰ ਨਹੀਂ ਪੂਰਾ ਕਰਨ ਦਿੰਦੀ ਤਾਂ ਇਹਦੇ ਸੈਂਟਰ ਦੇ ਵਿੱਚੋਂ ਇਸ ਇਲਾਕੇ ਦੇ ਜਿੱਦਾਂ ਆਪਾਂ ਦੇਖ ਪਾ ਰਹੇ ਆ ਵੀ ਸੈਂਟਰ ਦੇ ਵਿੱਚੋਂ ਰਸਤੇ ਆ ਜਿਹੜੇ ਉਹ ਸਾਰੇ ਪਾਸੇ ਨੂੰ ਜਾ ਰਹੇ ਨੇ ਪਰ ਇਹਦਾ ਜਿਹੜਾ ਅਸਲ ਦੇ ਵਿੱਚ ਸ਼ੇਪ ਆ ਉਹ ਗੋਲ ਨਹੀਂ ਹੈਗੀ ਠੀਕ ਹੈ ਤਾਂ ਅਰਧ ਵਿਆਸ ਦੇ ਵਿੱਚ ਆਪਾਂ ਨੇ ਇਸ ਅਕ੍ਰਿਤੀ ਨੂੰ ਜਿਹੜਾ ਵਾ ਉਹ ਸਮਝਿਆ ਵਾ ਤਾਂ ਪੰਜਵੇਂ ਕਿਸਮ ਦੇ ਵਿੱਚ ਆਪਾਂ ਪੜਾਂਗੇ ਸਮਝਾਂਗੇ ਤਾਰੇ ਵਰਗਾ ਜਿਵੇਂ ਕਿ ਇਹਦਾ ਨਾਮ ਤੁਸੀਂ ਜਦੋਂ ਕਿਤਾਬ ਦੇ ਉੱਪਰ ਡਾਇਗਰਾਮ ਦੇਖਦੇ ਹੋ ਤਾਂ ਉਹਦੇ ਉੱਤੇ ਸੜਕਾਂ ਬਣਾਈਆਂ ਹੋਈਆਂ ਨੇ ਤਾਂ ਤੁਸੀਂ ਉਹਨਾਂ ਸੜਕਾਂ ਦੇ ਕੋਲੋਂ ਤੁਸੀਂ ਉਹਨਾਂ ਨੂੰ ਆਪ ਇੱਕ ਐਦਾਂ ਦੀ ਸ਼ੇਪ ਦੇ ਸਕਦੇ ਹੋ ਇੱਕ ਤਾਰੇ ਦਾ ਰੂਪ ਹੈ ਜਿਹੜਾ ਉਹ ਦੇ ਸਕਦੇ ਹੋ ਕਈ ਵਾਰ ਵਿਦਿਆਰਥੀ ਸਵਾਲ ਕਰਦੇ ਆ ਵੀ ਕਿਤਾਬ ਦੇ ਵਿੱਚ ਤਾਰਾ ਕਿੱਦਾਂ ਬਣਦਾ ਜੀ ਇਸ ਇਹਦਾ ਤਾਂ ਤੁਸੀਂ ਦੇਖੋ ਵੀ ਇਸ ਸ਼ੇਪ ਦੇ ਵਿੱਚ ਜੋ ਸੀ ਪਹਿਲਾਂ ਪੜਕੇ ਹਟਿਆ ਤੁਸੀਂ ਉਹ ਅਰਧ ਵਿਆਸ ਸੀਗਾ ਗੋਲਾ ਅੱਧਾ ਸੀ ਪਰ ਇੱਥੇ ਜਿਹੜੀਆਂ ਸੜਕਾਂ ਨੇ ਜਿਹੜੀਆਂ ਜਿਹੜੇ ਘਰ ਹੈਗੇ ਨੇ ਉਹ ਬਾਹਰਲੇ ਪਾਸੇ ਨੂੰ ਇੱਕ ਐਦਾਂ ਦੇ ਰਸਤੇ ਨਿਕਲਦੇ ਆ ਜਿਨ੍ਹਾਂ ਨੂੰ ਜਦੋਂ ਅਸੀਂ ਸਾਰੇ ਪਾਸੇ ਉਹ ਕਵਰ ਕਰਦੇ ਆ ਤਾਂ ਇੱਕ ਤਾਰੇ ਦੀ ਜਿਹੜੀ ਸ਼ੇਪ ਆ ਉਹ ਨਿਕਲ ਕੇ ਆਉਂਦੀ ਆ ਤਾਈਓ ਇਸ ਸੈਟਲਮੈਂਟ ਨੂੰ ਅਸੀਂ ਸਟਾਰ ਲਾਈਕ ਤਾਰੇ ਵਰਗੀ ਸ਼ੇਪ ਕਹਿੰਦੇ ਆ ਮਕਾਨਾਂ ਦੀ ਉਸਾਰੀ ਆ ਜਿਹੜੀ ਉਹ ਇੱਕ ਸੈਂਟਰ ਪੁਆਇੰਟ ਤੋਂ ਸ਼ੁਰੂ ਹੋ ਕੇ ਸਾਰੇ ਪਾਸੇ ਨੂੰ ਚਲਦੀ ਆ ਦੇਖੋ ਪਿਆਰੇ ਵਿਦਿਆਰਥੀਓ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਮਕਾਨਾਂ ਦੀ ਉਸਾਰੀ ਹੁੰਦੀ ਸੀ ਉਹ ਆਪਣੀ ਮਰਜ਼ੀ ਨਾਲ ਹੁੰਦੀ ਸੀ ਤੇ ਫਿਰ ਉਹਦਾ ਸਿੱਟਾ ਸਾਨੂੰ ਭੁਗਤਣਾ ਪੈਂਦਾ ਸੀ ਵੀ ਗਲੀਆਂ ਜਿਹੜੀਆਂ ਹੁੰਦੀਆਂ ਸੀ ਉਹ ਕਿਤੇ ਬਹੁਤ ਜ਼ਿਆਦਾ ਵੱਡੀਆਂ ਸੀ ਕਿਤੇ ਬਹੁਤ ਜ਼ਿਆਦਾ ਛੋਟੀਆਂ ਸੀ ਪਰ ਜਦੋਂ ਹੁਣ ਪਿੰਡਾਂ ਤੇ ਸ਼ਹਿਰਾਂ ਨੂੰ ਵਸਾਇਆ ਜਾਂਦਾ ਤਾਂ ਉਹਨਾਂ ਦੇ ਵਿੱਚ ਇੰਨਾਂ ਚੀਜ਼ਾਂ ਦਾ ਪਹਿਲਾਂ ਹੀ ਧਿਆਨ ਰੱਖਿਆ ਜਾਂਦਾ ਰਸਤਿਆਂ ਦਾ ਧਿਆਨ ਰੱਖਿਆ ਜਾਂਦਾ ਤਾਂ یوں ਇਦਾਂ ਦੀ ਸ਼ੇਪ ਜਿਹੜੀ ਹੈਗੀ ਆ ਉਹ ਵਕਰੀ-ਵਕਰੀ ਸਾਨੂੰ ਵੇਖਣ ਨੂੰ ਮਿਲਦੀ ਆ ਤਾਂ ਇਸ ਤਰ੍ਹਾਂ ਦੇ ਨਮੂਨੇ ਸਾਨੂੰ ਸਟਾਰਲਾਈਕ ਦੇ ਇਦਾਂ ਦੇ ਨਮੂਨੇ ਸਾਨੂੰ ਪੰਜਾਬ ਤੇ ਹਰਿਆਣੇ ਦੇ ਵਿੱਚ ਵੇਖਣ ਨੂੰ ਮਿਲ ਜਾਂਦੇ ਆ ਹੁਣ ਇਦਾਂ ਦੀ ਸ਼ੇਪ ਸਾਨੂੰ ਕਿੱਦਾਂ ਦਿਖੂਗੀ ਜਦੋਂ ਅਸੀਂ ਉੱਪਰੋਂ ਜਿੱਦਾਂ ਤੁਸੀਂ ਦੇਖਿਆ ਨਾ ਵੀ ਬਹੁਤ ਸਾਰੇ ਫੰਕਸ਼ਨ ਦੇ ਵਿੱਚ ਡਰੋਨ ਜਿਹੜੇ ਕੈਮਰੇ ਆ ਉਹ ਚੱਲਦੇ ਆ ਤਾਂ ਉਹ ਤੋਂ ਸਾਨੂੰ ਕਿਸੇ ਪਿੰਡ ਦੀ ਸ਼ੇਪ ਪਤਾ ਲੱਗੂਗੀ ਕਿਉਂਕਿ ਜਦੋਂ ਉੱਪਰ ਅਸਮਾਨ ਦੇ ਵਿੱਚ ਜਾ ਕੇ ਉਹ ਫੋਟੋ ਕਲਿੱਕ ਕਰਨਗੇ ਤਾਂ ਸਾਨੂੰ ਆਪਣੇ ਸ਼ਹਿਰ ਦੀ ਸਾਨੂੰ ਆਪਣੇ ਪਿੰਡ ਦੀ ਸਾਨੂੰ ਆਪਣੇ ਇਲਾਕੇ ਦੀ ਜਿਹੜੀ ਸ਼ੇਪ ਆ ਉਹ ਦੇਖਣ ਨੂੰ ਮਿਲੂਗੀ ਤੇ ਅਸੀਂ ਉਹਨੂੰ ਦੇਖ ਕੇ ਸਮਝ ਸਕਦੇ ਹਾਂ ਤੇ ਇਸ ਤੋਂ ਅੱਗੇ ਚੱਲਦੇ ਹਾਂ ਤਾਂ 6ਵੇਂ ਦੇ ਵਿੱਚ ਅਸੀਂ ਪੁਆਇੰਟ ਦੇ ਵਿੱਚ ਸਮਝਾਂਗੇ ਸੈਟਲਮੈਂਟ ਦਾ ਤਿਕੋਣਾ ਟ੍ਰੈਂਗੂਲਰ ਤਾਂ ਇਹਦੇ ਵਿੱਚ ਜਿਵੇਂ ਕਿ ਤਿਕੋਣ ਤੋਂ ਪਤਾ ਲੱਗ ਗਿਆ ਵੀ ਇਹਦੇ ਵਿੱਚ ਦੋ ਭੁਜਾਵਾਂ ਨੇ ਤੇ ਇੱਕ ਸਾਈਡ ਜਿਹੜਾ ਇਲਾਕਾ ਹੋਊਗਾ ਉਹ ਬੰਦ ਹੋਊਗਾ ਤਾਂ ਇਹਦੇ ਚ ਆਪਾਂ ਇਹ ਸਮਝ ਰਹੇ ਹਾਂ ਵੀ ਕੋਈ ਐਦਾਂ ਦੀ ਅੜਚਣ ਕੋਈ ਐਦਾਂ ਦੀ ਕੁਦਰਤੀ ਤੌਰ ਤੇ ਕੋਈ ਐਦਾਂ ਦਾ ਇਲਾਕਾ ਜਿਹਦੇ ਵਿੱਚ ਜਿਹੜੀ ਸੈਟਲਮੈਂਟ ਆ ਉਹ ਦੋ ਪਾਸੇ ਵੱਧ ਨਹੀਂ ਰਹੀ ਜਿੱਦਾਂ ਆਪਾਂ ਦੇਖ پا ਰਹੇ ਹਾਂ ਵੀ ਨਦੀ ਆ ਦੋ ਨਦੀਆਂ ਕਿਸੇ ਇਲਾਕੇ ਦੇ ਵਿੱਚ ਆ ਕੇ ਕੱਟੀਆਂ ਹੋ ਕੇ ਅੱਗੇ ਚੱਲਦੀਆਂ ਨੇ ਤਾਂ ਉਹ ਉਸ ਇਲਾਕੇ ਨੂੰ ਇਸ ਵੇ ਦੇ ਵਿੱਚ ਇਸ ਤਰ੍ਹਾਂ ਕੱਟ ਦਿੰਦੀਆਂ ਨੇ ਵੀ ਜਿਹੜੀਆਂ ਆਪਾਂ ਇਹ ਸਮਝਾਂਗੇ ਵੀ ਆਮ ਤੌਰ ਤੇ ਇਦਾਂ ਦੇ ਜਿਹੜੇ ਪਿੰਡ ਨੇ ਟਿਕੋਣੀ ਸ਼ੇਪ ਵਾਲੇ ਉਹ ਸਾਨੂੰ ਕਿੱਥੇ ਦੇਖਣ ਨੂੰ ਮਿਲਣਗੇ ਉਹ ਸਾਨੂੰ ਪਹਾੜਾਂ ਦੀਆਂ ਢਲਾਨਾਂ ਦੇ ਉੱਪਰ ਪਹਾੜਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਤਾਂ ਦੋਨੋਂ ਸਾਈਡ ਦੇ ਉੱਪਰ ਨਦੀ ਆ ਜਿਹੜੀ ਉਹ ਇਸ ਇਲਾਕੇ ਨੂੰ ਕੱਟਦੀ ਆ ਤਾਂ ਇਹਨਾਂ ਜਿਹੜੀਆਂ ਪਿੰਡਾਂ ਦੀ ਸ਼ੇਪ ਹੈਗੀ ਆ ਉਹ ਕਿਦਾਂ ਦੀ ਬਣ ਜਾਂਦੀ ਆ ਉਹ ਤਕੋਣਵਰੀ ਬਣ ਜਾਂਦੀ ਆ ਇਹ ਨਦੀ ਦੀ ਰੁਕਾਵਟ ਕਰਕੇ ਪਿੰਡ ਜਿਹੜੇ ਨੇ ਉਹ ਇਸ ਪਾਸੇ ਨੂੰ ਨਹੀਂ ਵੱਧਦੇ ਇਸ ਨਦੀ ਦੇ ਨਾਲ-ਨਾਲ ਦੇ ਇਲਾਕੇ ਦੇ ਉੱਪਰ ਵੱਧਦੇ ਆ ਤਾਂ ਦੋਨੋਂ ਪਾਸਿਓਂ ਜਦੋਂ ਇਹ ਰੁਕਾਵਟ ਜਿਹੜੀ ਮਿਲਦੀ ਆ ਤਾਂ ਇਹਨਾਂ ਦੀ ਜਿਹੜੀ ਆਪਾਂ ਕਹਿ ਸਕਦੇ ਆ ਜਿਹੜਾ ਇਹਨਾਂ ਦਾ ਵਿਕਾਸ ਹੈ ਇਹਨਾਂ ਪਿੰਡਾਂ ਦਾ ਵਿਕਾਸ ਉਹ ਇਸ ਕਿਨਾਰੇ ਦੇ ਇਹਨਾਂ ਦੋਨਾਂ ਕਿਨਾਰਿਆਂ ਦੇ ਨਾਲ-ਨਾਲ ਹੁੰਦਾ ਤੇ ਇਹਦੇ ਤੋਂ ਸਾਨੂੰ ਪਤਾ ਲੱਗਦਾ ਵੀ ਇਸ ਇਲਾਕੇ ਦੀ ਜਿਹੜੀ ਸ਼ੇਪ ਆ ਉਹ ਕਿੱਦਾਂ ਦੀ ਆ ਜਦੋਂ ਅਸੀਂ ਪਹਾੜਾਂ 'ਚ ਜਾਂਦੇ ਆ ਕਿ ਜੇ ਵਹੀਕਲ ਦੇ ਉੱਪਰ ਜਾਂਦੇ ਆ ਤਾਂ ਸਾਹਮਣੇ ਸਾਨੂੰ ਪਹਾੜਾਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਪਿੰਡ ਨੇ ਜਿਹੜੇ ਉਹ ਦਿਖਣ ਨੂੰ ਮਿਲਦੇ ਆ ਤਾਂ ਉਹ ਤੋਂ ਅਸੀਂ ਬਹੁਤ ਸਾਰੀ ਜਿਹੜੀ ਜਾਣਕਾਰੀ ਉਹ ਪ੍ਰਾਪਤ ਕਰਦੇ ਆ ਤੇ ਨੈਕਸਟ ਜਿਹੜਾ ਸਾਡਾ ਇੰਪੋਰਟੈਂਟ ਹੈਗਾ ਪੁਆਇੰਟ ਉਹ ਹੈਗਾ ਗੋਲਾਕਾਰ ਗੋਲਾਕਾਰ ਦੇ ਵਿੱਚ ਸਾਨੂੰ ਪਤਾ ਇਹ ਨਾਮ ਤੋਂ ਹੀ ਜਿਹੜਾ ਉਹ ਸਾਨੂੰ ਜਾਣਕਾਰੀ ਮਿਲਦੀ ਆ ਵੀ ਇਸ ਤਰ੍ਹਾਂ ਦੀ ਸੈਟਲਮੈਂਟ ਦੇ ਵਿੱਚ ਜਿਹੜੀ ਪਿੰਡ ਦੀ ਸ਼ੇਪ ਆ ਉਹ ਕਿਸ ਤਰ੍ਹਾਂ ਦੀ ਆ ਉਹ ਗੋਲ ਹੁਣ ਇਦਾਂ ਦੇ ਪਿੰਡ ਆਮ ਤੌਰ ਤੇ ਸਾਡੇ ਪੰਜਾਬ ਹਰਿਆਣਾ ਜਾਂ ਸਾਰੇ ਦੇ ਸਾਰੇ ਭਾਰਤ ਦੇ ਇਲਾਕਿਆਂ ਦੇ ਵਿੱਚ ਪਾਏ ਜਾਂਦੇ ਆ ਕਿਉਂਕਿ ਮੈਦਾਨਾਂ ਦੇ ਵਿੱਚ ਬਹੁਤੇ ਪਿੰਡਾਂ ਦੀ ਜਿਹੜੀ ਸ਼ੇਪ ਗੋਲ ਆ ਇਹ ਉਹ ਪਿੰਡ ਨੇ ਪਿਆਰੇ ਵਿਦਿਆਰਥੀਓ ਜਿਹੜੇ ਕਿਸੇ ਮੇਨ ਸੜਕ ਤੋਂ ਕਿਸੇ ਮੇਨ ਰੇਲਵੇ ਲਾਈਨ ਜਾਂ ਕਿਸੇ ਵੀ ਇਦਾਂ ਦੀ ਅੜਚਣ ਤੋਂ ਦੂਰ ਵਸੇ ਹੋਏ ਨੇ ਠੀਕ ਹੈ ਤਾਂ ਫਿਰ ਇਨ੍ਹਾਂ ਪਿੰਡਾਂ ਦੇ ਸੈਂਟਰ ਦੇ ਵਿੱਚ ਹੁਣ ਸਵਾਲ ਇਹ ਵੀ ਆ ਜਾਂਦਾ ਵੀ ਇਨ੍ਹਾਂ ਪਿੰਡਾਂ ਦੀ ਜਿਹੜੀ ਸ਼ੇਪ ਆ ਉਹ ਗੋਲ ਕਿਉਂ ਆ ਤਾਂ ਗੋਲ ਕਿਉਂ ਆ ਕਿਉਂਕਿ ਇਨ੍ਹਾਂ ਦੇ ਸੈਂਟਰ ਦੇ ਵਿੱਚ ਫਿਰ ਉਹੀ ਗੱਲ ਵੀ ਕੋਈ ਨਾ ਕੋਈ ਜਿਹੜਾ ਵਾ ਛੱਪੜ ਜਾਂ ਝੀਲ ਜਾਂ ਕੋਈ ਮੰਦਿਰ ਕੋਈ ਗੁਰਦੁਆਰਾ ਸਾਹਿਬ ਕੋਈ ਇਤਿਹਾਸਕ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਰਕ ਹੋ ਸਕਦਾ ਤੇ ਫਿਰ ਪਿੰਡ ਉਹਦੇ ਆਲੇ-ਦੁਆਲੇ ਸਾਰੇ ਪਾਸੇ ਨੂੰ ਫੈਲਦਾ ਚਲਾ ਜਾਂਦਾ ਨਵੇਂ ਘਰ ਨੇ ਜਿਹੜੇ ਉਹ ਬਾਹਰ ਦੀ ਬਾਹਰ ਬਣਦੇ ਚਲੇ ਜਾਂਦੇ ਨੇ ਪਰ ਆਲੇ-ਦੁਆਲੇ ਦਾ ਜਿਹੜਾ ਇਲਾਕਾ ਵਾ ਉਹਦੀ ਸ਼ੇਪ ਕਿਦਾਂ ਦੀ ਰਹਿੰਦੀ ਆ ਗੋਲਡ ਰਹਿੰਦੀ ਆ ਹੁਣ ਪੰਜਾਬ ਦੇ ਵਿੱਚ ਆਮ ਹੀ ਅਸੀਂ ਕਹਿੰਦੇ ਆ ਵੀ ਜੇਕਰ ਅਸੀਂ ਕਿਸੇ ਪਿੰਡ ਨੂੰ ਪਾਰ ਕਰਨਾ ਇੱਕ ਸਾਈਡ ਤੋਂ ਦੂਸਰੀ ਸਾਈਡ ਜਾਣਾ ਅਸੀਂ ਕਿਹੜੀ ਪਿਆਰੇ ਵਿਦਿਆਰਥੀਓ ਕਿਹੜੀ ਸੜਕ ਵਰਤਦੀਆਂ ਕਿ ਅਸੀਂ ਪਿੰਡ ਦੇ ਵਿੱਚ ਦੀ ਜਾਂਦੇ ਆ ਕਿ ਪਿੰਡ ਦੇ ਬਾਹਰ ਵੱਰ ਦੀ ਜਾਂਦੇ ਆ ਤਾਂ ਨਾਰਮਲੀ ਅਸੀਂ ਪਿੰਡ ਦੇ ਬਾਹਰ ਦੀ ਜਿਹੜੀ ਸੜਕ ਹੁੰਦੀ ਹੈ ਜਿਹਨੂੰ ਫਿਰਨੀ ਅੱਡੜ ਅਲਾਕਿਆਂ ਚ ਅੱਡੜ ਨਾਮ ਨੇ ਜਿਹੜੇ ਦਿੱਤੇ ਜਾਂਦੇ ਆ ਤਾਂ ਉਹਦੇ ਉਹਦੇ ਰਾਹੀਂ ਅਸੀਂ ਜਾ ਕੇ ਪਿੰਡ ਨੂੰ ਕ੍ਰੋਸ ਕਰ ਜਾਂਦੇ ਆ ਤਾਂ ਆਮ ਤੌਰ ਤੇ ਐਦਾਂ ਦੀਆਂ ਸੜਕਾਂ ਨੇ ਜਿਹੜੀਆਂ ਉਹ ਪਿੰਡ ਦੇ ਆਲੇ-ਦੁਆਲੇ ਘੁੰਮਦੀਆਂ ਨੇ ਤੁਸੀਂ ਨੋਟ ਕੀਤਾ ਹੋਣਾ ਵੀ ਉਹ ਸੜਕਾਂ ਸਿੱਧੀਆਂ ਨਹੀਂ ਹੁੰਦੀਆਂ ਉਹ ਪਿੰਡ ਦੇ ਸ਼ੇਪ ਦੇ ਨਾਲ-ਨਾਲ ਕੀ ਕਰਦੀਆਂ ਨੇ ਕਰਾਂ ਦੀ ਸ਼ੇਪ ਦੇ ਨਾਲ-ਨਾਲ ਘੁੰਮਦੀਆਂ ਨੇ ਤਾਂ ਇੱਥੇ ਵੀ ਆਪਾਂ ਦੇਖ ਪਾ ਰਹੇ ਹਾਂ ਵੀ ਆਲੇ-ਦੁਆਲੇ ਜਿਹੜੀਆਂ ਸੜਕਾਂ ਨੇ ਉਹ ਲਗਭਗ ਕੀ ਨੇ ਗੋਲ ਨੇ ਤਾਂ ਜਿਹਦੇ ਤੋਂ ਸਾਨੂੰ ਇਹ ਪਤਾ ਲੱਗਦਾ ਵੀ ਇਹ ਉਹ ਪਿੰਡੂ ਬਸਤੀਆਂ ਨੇ ਜਿਨ੍ਹਾਂ ਦੀ ਸ਼ੇਪ ਕਿਦਾਂ ਦੀ ਆ ਗੋਲ ਆ ਆਪਾਂ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ ਵੀ ਜੇਕਰ ਅਸੀਂ ਡਾਇਗਰਾਮ ਬਣਾਵਾਂਗੇ ਤਾਂ ਇਹ ਪ੍ਰਸ਼ਨ ਬਹੁਤ ਸੌਖਾ ਹੈ ਕਿਉਂਕਿ ਇਹਦੇ ਵਿੱਚ ਅਸੀਂ ਆਪਣੀ ਗੱਲ ਨੂੰ ਡਰਾ ਕਰਕੇ ਬਣਾ ਕੇ ਦੱਸ ਸਕਦੇ ਹਾਂ ਠੀਕ ਆ ਤੇ ਉਸ ਤੋਂ ਅੱਗੇ ਅਸੀਂ ਚੱਲਦੇ ਹਾਂ ਤਾਂ ਫਿਰ ਅਰਧ ਗੋਲਾਕਾਰ ਅਰਧ ਗੋਲਾਕਾਰ ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਤਾਂ ਅਰਧ ਗੋਲਾਕਾਰ ਫੇਰ ਉਹੀ ਗੱਲ ਵੀ ਜੇਕਰ ਕਿਸੇ ਇਲਾਕੇ ਦੇ ਵਿੱਚ ਕਿਸੇ ਐਦਾਂ ਦੀ ਅੜਚਨ ਕਰਕੇ ਕਿਸੇ ਵੀ ਪਿੰਡ ਦਾ ਜਿਹੜਾ ਵਿਕਾਸ ਆ ਉਹ ਪੂਰਾ ਗੋਲ ਨਹੀਂ ਹੋਇਆ ਜਿਵੇਂ ਕਿ ਕਿਸੇ ਦਰਿਆ ਦੇ ਜਿਹੜੇ ਹੁਣ ਜਿਹਦਾ ਆਪਾਂ ਦੇਖ ਭਾਰਿਆ ਪਿਆਰੇ ਵਿਦਿਆਰਥੀਓ ਵੀ ਇੱਕ ਦਰਿਆ ਜਿਹੜਾ ਗੁਜ਼ਰ ਰਿਹਾ ਉਸ ਦਰਿਆ ਦੇ ਗੁਜ਼ਰਨ ਦੇ ਨਾਲ ਇੱਕ ਸਾਈਡ ਪਹਾੜ ਦੇ ਪੈਰਾਂ ਦੇ ਵਿੱਚ ਇੱਕ ਜਿਹੜਾ ਪਿੰਡ ਆ ਉਹ ਵਿਕਸਿਤ ਹੋ ਗਿਆ ਠੀਕ ਹੈ ਤਾਂ ਹੁਣ ਇਹ ਪਿੰਡ ਆ ਜਿਹੜਾ ਉਹ ਇੱਕ ਸਾਈਡ ਦਰਿਆ ਤੇ ਦੂਸਰੀ ਸਾਈਡ ਪਹਾੜ ਹੋਣ ਕਰਕੇ ਇਹਦੀ ਜਿਹੜੀ ਸ਼ੇਪ ਆ ਉਹ ਕਿਦਾਂ ਦੀ ਆ ਉਹ ਅੱਧੇ ਚੱਕਰ ਵਰਗੀ ਆ ਅਰਧ ਗੋਲਾਕਾਰ ਆ ਇੱਕ ਸੈਮੀ ਸਰਕਲ ਆ ਤੇ ਇਹ ਪਹਾੜਾਂ ਦੇ ਪੈਰਾਂ ਦੇ ਵਿੱਚ ਉਹ ਝੀਲਾਂ ਦੇ ਕੋਲ ਨਦੀਆਂ ਦੇ ਵਲਾਂ ਦੇ ਵਿੱਚ ਐਦਾਂ ਦੀ ਜਿਹੜੀ ਜਿਹੜੀਆਂ ਮਨੁੱਖੀ ਵਸਤੀਆਂ ਨੇ ਪਿੰਡੂ ਵਸਤੀਆਂ ਨੇ ਉਹ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਹੁਣ ਕਈ ਨਾਮ ਐਦਾਂ ਦੇ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਜਾਂ ਸੁਣਨ ਨੂੰ ਮਿਲਦੇ ਨੇ ਵੀ ਐਦਾਂ ਦੇ ਪਿੰਡ ਹੋ ਸਕਦੇ ਆ ਪਰ ਜੇਕਰ ਅਸੀਂ ਕਿਸੇ ਹੋਰ ਥਾਂ ਤੇ ਜਾਵਾਂਗੇ ਤਾਂ ਸਾਨੂੰ ਪਤਾ ਲੱਗੂਗਾ ਵੀ ਸਾਡੇ ਇਲਾਕੇ ਦੇ ਪਿੰਡਾਂ ਦਾ ਤੇ ਉਹਨਾਂ ਦੇ ਦੂਸਰੇ ਪਹਾੜਾਂ ਦੇ ਵਿੱਚ ਪਠਾਰਾਂ ਦੇ ਵਿੱਚ ਨਦੀਆਂ ਦੇ ਕੋਲ ਜਿਹੜੇ ਪਿੰਡ ਨੇ ਉਹਨਾਂ ਦੇ ਆਕਾਰਾਂ ਦਾ ਉਹਨਾਂ ਦੀ ਸ਼ੇਪ ਦਾ ਫਰਕ ਆ ਤਾਂ ਇਸ ਤੋਂ ਅੱਗੇ ਚੱਲਦੇ ਹਾਂ ਤਾਂ ਹੁਣ ਹੈ ਨੌਵਾਂ ਜਿਹੜਾ ਪੁਆਇੰਟ ਉਹ ਹੈਗਾ ਤੀਰ ਵਰਗ ਗਰੇ ਵਿਦਿਆਰਥੀ ਜਿੱਦਾਂ ਤੀਰ ਦੀ ਨੋਕ ਆ ਭਾਵ ਤੀਰ ਇੱਕ ਜਿਦਾਂ ਅਸੀਂ ਇਸ਼ਾਰਾ ਕਰਦੇ ਹਾਂ ਤੀਰ ਵਾਂਗ ਹਨ ਤਾਂ ਇਦੇ ਚ ਆਪਾਂ ਇਹ ਸਮਝਾਂਗੇ ਵੀ ਜੇਕਰ ਐਦਾਂ ਦਾ ਕੋਈ ਵੀ ਰੁਕਾਵਟ ਬਾਰ ਬਾਰ ਆਪਾਂ ਇਹ ਕਹ ਰਹੇ ਹਾਂ ਕਿ ਜੇਕਰ ਪਿੰਡ ਕਿਸੇ ਰੁਕਾਵਟ ਕਾਰਨ ਕਿਸੇ ਪਾਸੇ ਨਹੀਂ ਵੱਧੇ ਤਾਂ ਯੋ ਕੋਈ ਪਾਰਟਿਕੂਲਰ ਸ਼ੇਪ ਬਣਦੀ ਆ ਅਦਰਵਾਈਜ਼ ਪਿੰਡਾਂ ਦੀ ਸ਼ੇਪ ਆਪਾਂ ਕਿਹਾ ਵੀ ਗੋਲ ਹੁੰਦੀ ਆ ਠੀਕ ਆ ਤਾਂ ਜੇਕਰ ਐਦਾਂ ਦੇ ਪਿੰਡ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਸ਼ੇਪ ਐਰੋ ਆ ਐਰੋ ਸ਼ੇਪ ਆ ਤਾਂ ਉਹਨਾਂ ਦੇ ਵਿੱਚ ਕੀ ਹੋ ਸਕਦਾ ਉਹਨਾਂ ਦੇ ਵਿੱਚ ਜ਼ਿਆਦਾਤਰ ਇਹ ਪਿੰਡ ਨੇ ਜਿਹੜੇ ਇਹ ਕੋਸਟਲ ਏਰੀਆ ਜਿਹੜੇ ਸਾਡੇ ਤਟਵਰਤੀ ਅਲੱਗ ਜਿਹੜੇ ਹੈਗੇ ਨੇ ਇਲਾਕੇ ਨੇ ਉਹਨਾਂ ਦੇ ਵਿੱਚ ਮਿਲਦੇ ਆ ਪਰ ਬਹੁਤੀ ਵਾਰ ਇਹ ਸਾਨੂੰ ਝੀਲਾਂ ਜਾਂ ਦਰਿਆਵਾਂ ਦੇ ਕੋਲ ਤਿੱਖੇ ਮੋੜਾਂ ਤੇ ਮਿਲਦੇ ਨੇ ਇਹਨਾਂ ਦੀ ਜਿਹੜੀ ਸ਼ੇਪ ਆ ਉਹ ਇੱਕ ਤੀਰ ਵਰਗੀ ਇੱਕ ਐਰੋ ਵਰਗੀ ਬਣ ਜਾਂਦੀ ਆ ਤੇ ਜ਼ਿਆਦਾਤਰ ਇਹ ਕੰਨਿਆ ਕੁਮਾਰੀ ਚਿਕਲਾ ਝੀਲ ਖੰਬਾਤ ਦੀ ਖਾੜੀ ਤੇ ਸੁਨਾਰ ਦਰਿਆਵਾਂ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਇਹ ਪਿੰਡ ਨੇ ਜਿਹੜੇ ਉਹ ਜ਼ਿਆਦਾਤਰ ਦੇਖਣ ਨੂੰ ਮਿਲਦੇ ਆ ਤਾਂ ਅਸੀਂ ਬਹੁਤ ਸਿੰਪਲੀ ਤਰੀਕੇ ਦੇ ਨਾਲ ਇੱਕ ਐਰੋ ਸ਼ੇਪ ਜਿਹੜੀ ਬਣਾਵਾਂਗੇ ਤੇ ਦੱਸਾਂਗੇ ਵੀ ਜਿਹੜਾ ਪਿੰਡ ਦਾ ਵਿਕਾਸ ਆ ਉਹ ਇਸ ਤਰੀਕੇ ਦੇ ਨਾਲ ਹੋਇਆ ਵਾ। ਭਾਵ ਦੇਖਣ ਨੂੰ ਸਾਨੂੰ ਜਿਹੜੀ ਪਿੰਡ ਦੀ ਸ਼ੇਪ ਆ ਉਹ ਕਿਦਾਂ ਦੀ ਲੱਗ ਰਹੀ ਆ? ਐਰੋ ਵਰਗੀ ਹਨਾ ਤੀਰ ਵਰਗੀ ਲੱਗਦੀ ਆ। ਤੇ ਇਸ ਤੋਂ ਅੱਗੇ ਚੱਲਦੇ ਹਾਂ। ਜਿਹੜਾ ਸਾਡਾ ਆਖਰੀ ਪੁਆਇੰਟ ਹੈਗਾ ਬੱਦਲ ਵਰਗਾ। ਤਾਂ ਹੁਣ ਬੱਦਲ ਤੁਸੀਂ ਹਮੇਸ਼ਾ ਹੀ ਦੇਖਦੇ ਹੋ ਵੀ ਅਸਮਾਨ ਦੇ ਵਿੱਚ ਜਿਹੜੇ ਬੱਦਲ ਨੇ ਉਹ ਕਦੇ ਵੀ ਸੇਮ ਇੱਕੋ ਜਿਹੇ ਨਹੀਂ ਹੁੰਦੇ। ਵੱਡੇ ਹੁੰਦੇ ਆ, ਛੋਟੇ ਹੁੰਦੇ ਆ। ਗੋਲ ਨਹੀਂ ਹੁੰਦੇ ਭਾਵ ਬੱਦਲ ਨੂੰ ਅਸੀਂ ਇਸ ਤਰੀਕੇ ਦੇ ਨਾਲ ਮੰਨਦੇ ਆ ਵੀ ਜਿਹਦੀ ਕੋਈ ਸ਼ੇਪ ਹੈ ਹੀ ਨਹੀਂ ਠੀਕ ਹੈ ਪਰ ਕਈ ਵਾਰ ਇਹ ਹੁੰਦਾ ਵੀ ਪਿੰਡ ਨੇ ਜਿਹੜੇ ਉਹ ਇਸ ਤਰੀਕੇ ਦੇ ਨਾਲ ਵਿਕਸਿਤ ਹੋ ਜਾਂਦੇ ਆ ਇਸ ਤਰੀਕੇ ਦੇ ਨਾਲ ਫੈਲ ਜਾਂਦੇ ਆ ਘਰ ਇਸ ਤਰੀਕੇ ਦੇ ਨਾਲ ਬਣ ਜਾਂਦੇ ਨੇ ਵੀ ਉਹਨਾਂ ਦੀ ਸ਼ੇਪ ਨਾ ਤਾਂ ਗੋਲ ਹੀ ਰਹਿੰਦੀ ਆ ਨਾ ਤਕੌਣੀਓ ਰਹਿੰਦੀ ਆ ਨਾ ਅਰਧ ਗੋਲ ਹੀ ਰਹਿੰਦੀ ਆ ਭਾਵ ਅਸੀਂ ਜਿੰਨੇ ਪੁਆਇੰਟਾਂ ਦਾ ਨਾਮ ਲਿਆ ਉਹ ਜਦੋਂ ਕਿਸੇ ਵੀ ਦੇ ਨਾਲ ਵੀ ਉਹ ਮੈਚ ਨਹੀਂ ਕਰਦੇ ਤਾਂ ਅਸੀਂ ਉਹਨੂੰ ਨਾਮ ਦਿੰਨੇ ਆ ਕਲਾਊਡ ਸ਼ੇਪ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਵੀ ਜਦੋਂ ਕਿਸੇ ਇਲਾਕੇ ਦੇ ਵਿੱਚ ਕਿਸੇ ਵੀ ਪਹਾੜੀ ਇਲਾਕੇ ਦੇ ਵਿੱਚ ਮਦਾਨੀ ਇਲਾਕੇ ਦੇ ਵਿੱਚ ਪਿੰਡ ਦੀ ਜਿਹੜੀ ਸ਼ੇਪ ਆ ਉਹ ਕਿੱਦਾਂ ਦੀ ਆ ਉਹ ਇੱਕ ਬੱਦਲ ਵਰਗੀ ਆ ਠੀਕ ਆ ਤਾਂ ਉਹਨੂੰ ਅਸੀਂ ਕਲਾਊਡ ਸ਼ੇਪ ਦਾ ਜਿਹੜਾ ਨਾਮ ਆ ਪਿਆਰੇ ਵਿਦਿਆਰਥੀਓ ਉਹ ਦਿੰਨੇ ਆ ਤਾਂ ਅਸੀਂ ਪਿੰਡੂ ਬਸਤੀਆਂ ਦੇ ਵਿੱਚ ਅਡ-ਅਡ ਜਿਹੜੇ ਪੁਆਇੰਟ ਸੀਗੇ ਉਹਨਾਂ ਨੂੰ ਸਮਝਿਆ ਤੇ ਨਾਲ ਨਾਲ ਇਹ ਵੀ ਕਿਹਾ ਵੀ ਜਦੋਂ ਅਸੀਂ ਇਹਨਾਂ ਨੂੰ ਡਾਇਗਰਾਮ ਬਣਾ ਕੇ ਸਮਝਾਵਾਂਗੇ ਤਾਂ ਸਾਨੂੰ ਗੱਲ ਸਮਝਾਉਣੀ ਸੌਖੀ ਹੋ ਜਾਊਗੀ ਚਲੋ ਤਾਂ ਪਿੰਡੂ ਬਸਤੀਆਂ ਤੋਂ ਅੱਗੇ ਵਧਦੇ ਆ ਤੁਹਾਨੂੰ ਪਤਾ ਹੈ ਵੀ ਜ਼ਿਆਦਾਤਰ ਜਿਹੜੀਆਂ ਪਹਿਲਾਂ ਹੀ ਗੱਲ ਕਹੀ ਆ ਵੀ ਪਿੰਡਾਂ ਦੇ ਵਿੱਚ ਜਿਹੜੀ ਗਿਣਤੀ ਆ ਲੋਕਾਂ ਦੀ ਜ਼ਿਆਦਾ ਵਾ ਭਾਰਤ ਪਿੰਡਾਂ ਦਾ ਦੇਸ਼ ਆ ਪਰ ਜਦੋਂ ਅਸੀਂ ਸ਼ਹਿਰ ਦੇ ਵਿੱਚ ਜਾਂਦੇ ਆ ਕਿਸੇ ਵੀ ਸ਼ਹਿਰ 'ਚ ਪਹੁੰਚਦੇ ਆ ਤਾਂ ਸਾਨੂੰ ਇਹ ਲੱਗਦਾ ਵੀ ਸਾਰੇ ਲੋਕ ਇੱਥੇ ਹੀ ਰਹਿੰਦੇ ਆ ਬਹੁਤ ਜ਼ਿਆਦਾ ਭੀੜ ਹੁੰਦੀ ਆ ਹਰ ਥਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਬਹੁਤ ਸਾਰਾ ਸਮਾਂ ਸਾਨੂੰ ਲੱਗਦਾ ਵਾ ਖਾਸ ਕਰ ਵੱਡੇ ਸ਼ਹਿਰ ਨੇ ਜਿਹੜੇ ਪਰ ਜੇਕਰ ਅਸੀਂ ਗੱਲ ਕਰੀਏ ਵੀ ਕੀ ਉਹਨਾਂ ਦੀ ਜਿਹੜੀ ਜਨਸੰਖਿਆ ਜਾਂ ਉਹਨਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਪਹਿਲਾਂ ਤੋਂ ਹੀ ਇੰਨੀ ਸੀਗੀ ਤਾਂ ਨਹੀਂ ਜਿਵੇਂ ਜਿਵੇਂ ਸਮਾਂ ਗੁਜ਼ਰਦਾ ਲੋਕ ਸਮਾਜਿਕ ਜਾਂ ਕਹ ਦੋ ਵੀ ਆਰਥਿਕ ਤੌਰ ਤੇ ਜਦੋਂ ਉਹ ਅੱਗੇ ਆਉਂਦੇ ਆ ਜਾਂ ਅੱਗੇ ਵਧਦੇ ਆ ਤਾਂ ਫਿਰ ਉਹ ਸੋਚਦੇ ਆ ਵੀ ਅਸੀਂ ਇੱਕ ਪਿੰਡ ਤੋਂ ਸ਼ਹਿਰ ਚਲੀਏ ਸ਼ਹਿਰ ਤੋਂ ਵੱਡੇ ਸ਼ਹਿਰ ਵੱਡੇ ਸ਼ਹਿਰ ਤੋਂ ਹੋਰ ਵੱਡੇ ਸ਼ਹਿਰ ਤਾਂ ਹੁਣ ਅਸੀਂ ਉਹਨਾਂ ਸ਼ਹਿਰਾਂ ਦੀਆਂ ਕਿਸਮਾਂ ਬਾਰੇ ਗੱਲ ਕਰਾਂਗੇ ਸ਼ਹਿਰੀ ਬਸਤੀਆਂ ਕੀ ਹੁੰਦੀਆਂ ਨੇ ਸ਼ਹਿਰੀ ਬਸਤੀ ਜਾਂ ਸ਼ਹਿਰੀ ਸ਼ਬਦ ਪਿੰਡੂ ਦਾ ਪਿੰਡ ਦਾ ਉਲਟ ਸ਼ਬਦ ਆ ਠੀਕ ਆ ਪਿੰਡ 'ਚ ਜਿਹੜੀਆਂ ਫੈਸਿਲਟੀਆਂ ਸਾਨੂੰ ਨਹੀਂ ਮਿਲਦੀਆਂ ਸ਼ਹਿਰ ਦੇ ਵਿੱਚ ਉਹ ਸਾਰੀਆਂ ਫੈਸਿਲਟੀਆਂ ਜਿਹੜੀਆਂ ਸਥਾਨੀਆਂ ਤੁਹਾਨੂੰ ਆਸਾਨੀ ਦੇ ਨਾਲ ਮਿਲ ਜਾਂਦੀਆਂ ਨੇ ਤੇ ਇਹੀ ਇੱਕ ਵੱਡਾ ਕਾਰਨ ਆ ਪਿਆਰੇ ਵਿਦਿਆਰਥੀਓ ਸ਼ਹਿਰਾਂ ਦੇ ਵਿੱਚ ਲਗਾਤਾਰ ਜਨਸੰਖਿਆ ਵਧ ਰਹੀ ਆ ਪਿੰਡਾਂ ਤੋਂ ਲੋਕ ਸ਼ਹਿਰਾਂ 'ਚ ਆਪਣੀਆਂ ਜ਼ਰੂਰ ਰੋਜ਼ਮਰਾਂ ਦੀਆਂ ਚੀਜ਼ਾਂ ਲੋੜਾਂ ਪੂਰੀਆਂ ਕਰਨ ਲਈ ਆਉਂਦੇ ਆ ਪਰ ਫਿਰ ਉਹ ਇਹ ਸੋਚਦੇ ਆ ਵੀ ਪੱਕੇ ਤੌਰ ਤੇ ਸ਼ਹਿਰ ਦੇ ਵਿੱਚ ਹੀ ਰਹਿਣਾ ਜਿਹੜਾ ਅਸੀਂ ਉਹ ਸ਼ੁਰੂ ਕਰ ਦਈਏ ਤੇ ਲਗਾਤਾਰ ਸ਼ਹਿਰਾਂ ਦੀ ਗਿਣਤੀ ਸ਼ਹਿਰਾਂ ਦੀ ਜਨਸੰਖਿਆ ਜਿਹੜੀ ਆ ਉਹ ਵਧ ਰਹੀ ਆ ਜਨਸੰਖਿਆ ਦੇ ਆਧਾਰ ਦੇ ਉੱਪਰ ਹੀ ਸ਼ਹਿਰਾਂ ਦਾ ਜਿਹੜਾ ਆਕਾਰ ਆ ਉਹਨਾਂ ਦਾ ਉਹਨਾਂ ਬਾਰੇ ਅਸੀਂ ਹੁਣ ਸਮਝਾਂਗੇ ਤਾਂ ਇੱਕ ਸ਼ਹਿਰ ਕਦੋਂ ਬਣਦਾ ਪਿੰਡਾਂ ਬਾਰੇ ਤਾਂ ਆਪਾਂ ਜਾਣ ਲਿਆ ਵੀ ਪਿੰਡਾਂ ਦੇ ਵਿੱਚ ਜਿਹੜੀ ਜਨਸੰਖਿਆ ਵਾ ਉਹ ਕਾਫੀ ਜ਼ਿਆਦਾ ਜਿਹੜੀ ਸੀਗੀ ਹੁਣ ਆਪਾਂ ਸਮਝਾਂਗੇ ਵੀ ਇੱਕ ਇੱਕ ਜਿਹੜਾ ਸ਼ਹਿਰ ਹੈਗਾ ਵਾ ਉਹ ਬਸਾਉਣ ਦੇ ਲਈ ਜਾਂ ਇੱਕ ਸ਼ਹਿਰ ਦਾ ਦਰਜਾ ਸੀ ਕਿਸੇ ਪਿੰਡ ਨੂੰ 노 ਡਾਊਟ ਜਦੋਂ ਕਿਸੇ ਇਲਾਕੇ ਦੇ ਵਿੱਚ ਲੋਕ ਰਹਿੰਦੇ ਆ ਤਾਂ ਜਦੋਂ ਲਗਾਤਾਰ ਉੱਥੇ ਲੋਕਾਂ ਦੀ ਗਿਣਤੀ ਵਧੀ ਜਾਂਦੀ ਆ ਫਿਰ ਇੱਕ ਪਿੰਡ ਜਿਹੜਾ ਬਣਦਾ ਫਿਰ ਉਹ ਪਿੰਡ ਹੋਰ ਜ਼ਿਆਦਾ ਵੱਧਾ ਚੱਲ ਜਾਂਦਾ ਜਦੋਂ ਉਸ ਪਿੰਡ ਦੇ ਵਿੱਚ ਲੋਕ ਖੇਤੀਬਾੜੀ ਦੇ ਨਾਲ-ਨਾਲ ਵਪਾਰ ਜਾਗਦੂ ਫੈਕਟਰੀਆਂ ਇਹ ਸਾਰੇ ਕੰਮ ਸ਼ੁਰੂ ਕਰ ਲੈਂਦੇ ਆ ਦੁਕਾਨਾਂ ਸ਼ੁਰੂ ਕਰ ਲੈਂਦੇ ਆ ਨਾਲ ਦੀ ਨਾਲ ਇਹ ਵੀ ਯਾਦ ਰੱਖਣਾ ਵੀ ਜਦੋਂ ਉੱਥੇ ਜਨਸੰਖਿਆ 5000 ਤੋਂ ਜ਼ਿਆਦਾ ਹੋ ਜਾਂਦੀ ਆ ਤੇ ਜਿਹੜੀ ਘਣਤਾ ਵਾ ਤਕਰੀਬਨ ਉਹ 400 ਵਿਅਕਤੀ ਤੱਕ ਪਹੁੰਚ ਜਾਂਦੀ ਆ ਤਾਂ ਫਿਰ ਅਸੀਂ ਉਹਨੂੰ ਸ਼ਹਿਰੀ ਵਸਤੀ ਦਾ ਨਾਮ ਪਿਆਰੇ ਵਿਦਿਆਰਥੀਓ ਦਿੰਨੇ ਆ ਤਾਂ ਕਈ ਵਾਰ ਜਿਹੜੀ ਹੈਗੇ ਆ ਵੀ ਸ਼ਹਿਰ ਨੇ ਜਿਹੜੇ ਜਨਸੰਖਿਆ ਦੇ ਆਧਾਰ ਤੇ ਉਹਨਾਂ ਨੂੰ ਅਸੀਂ ਅਲੱਗ-ਅਲੱਗ ਜਿਹੜੇ ਕੈਟਾਗਰੀਜ਼ ਦੇ ਵਿੱਚ ਆਪਾਂ ਵੰਡ ਲੈਂਦੇ ਆ ਠੀਕ ਆ ਜਦਾਤਰ ਸ਼ਹਿਰ ਦੇ ਵਿੱਚ ਜਿਹੜੇ ਕੰਮ ਨੇ ਜਦੋਂ ਤੁਸੀਂ ਪਹਿਲਾਂ ਪੜ ਚੁੱਕੇ ਹੋ ਵੀ ਪੰਜ ਤਰ੍ਹਾਂ ਦੇ ਕੰਮ ਮਨੁੱਖ ਕਰਦਾ ਜਿੱਦਾਂ ਪਹਿਲਾ ਸੀਗਾ ਵੀ ਕੱਚਾ ਮਾਲ ਪੈਦਾ ਕਰਨਾ ਸ਼ਹਿਰਾਂ ਦੇ ਵਿੱਚ ਦੂਜੇ ਤੇ ਤੀਜੇ ਜਿਹੜੀਆਂ ਦਰਜੇ ਦੀਆਂ ਆਰਥਿਕ ਕਿਰਿਆਵਾਂ ਜ਼ਿਆਦਾ ਕੀਤੀਆਂ ਜਾਂਦੀਆਂ ਨੇ ਠੀਕ ਹੈ ਕੱਚੇ ਮਾਲ ਨੂੰ ਤਿਆਰ ਮਾਲ ਦੇ ਵਿੱਚ ਬਦਲਣਾ ਅੱਗੇ ਉਹਨੂੰ ਉਹਨੂੰ ਵੇਚਣਾ ਵਪਾਰ ਕਰਨਾ ਇਹ ਸਾਰੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਕਿਰਿਆਵਾਂ ਨੇ ਉਹ ਸ਼ਹਿਰਾਂ ਦੇ ਵਿੱਚ ਹੁੰਦੀਆਂ ਨੇ ਜਨਗਣਨਾ ਪੱਖ ਤੋਂ ਨਗਰਪਾਲਿਕਾਵਾਂ ਨਗਰ ਕੰਟੂਰਨਮੈਂਟ ਬੋਰਡ ਨੋਟੀਫਾਈਡ ਇਰੀਆ ਇਹ ਉਹ ਇਲਾਕੇ ਨੇ ਜਿਹੜੇ ਸ਼ਹਿਰੀ ਖੇਤਰਾਂ ਦੇ ਵਿੱਚ ਪਿਆਰੇ ਵਿਦਿਆਰਥੀਆਂ ਸ਼ਾਮਲ ਕੀਤੇ ਜਾਂਦੇ ਨੇ ਜਲਦੀ ਨਾਲ ਅਸੀਂ ਸਮਝਾਂਗੇ ਵੀ ਸਭ ਤੋਂ ਪਹਿਲਾਂ ਸ਼ਹਿਰੀ ਬਸਤੀਆਂ ਦੇ ਵਿੱਚ अर्बन ਸੈਟਲਮੈਂਟ ਦੇ ਵਿੱਚ ਪਹਿਲਾ ਜਿਹੜਾ ਕਿਸਮ ਜਿਹੜੀ ਆਪਾਂ ਜਿਹਨੂੰ ਡਿਸਕਸ ਕਰਾਂਗੇ ਸਮਝਾਂਗੇ ਉਹ ਹੈ ਸ਼ਹਿਰੀ ਪਿੰਡ अर्बन ਵਿਲੇਜ अर्बन ਵਿਲੇਜ ਸ਼ਹਿਰੀ ਪਿੰਡ ਜਦੋਂ ਇੱਕ ਪਿੰਡ ਸ਼ਹਿਰ ਦੇ ਵਿੱਚ ਤਬਦੀਲ ਹੋ ਰਿਹਾ ਜਿਵੇਂ ਆਪਾਂ ਪਹਿਲਾਂ ਇਹ ਗੱਲ ਕੀਤੀ ਵੀ ਜਦੋਂ ਪਿੰਡ ਦੇ ਲੋਕ ਪਹਿਲਾ ਕੰਮ ਖੇਤੀਬਾੜੀ ਦੇ ਨਾਲ ਨਾਲ ਦੁਕਾਨਾਂ ਵਪਾਰ ਬਿਜ਼ਨਸ ਫੈਕਟਰੀਆਂ ਦਾ ਕੰਮ ਸਟਾਰਟ ਕਰ ਲੈਂਦੇ ਆ ਤਾਂ ਫਿਰ ਉਥੇ ਜਿਹੜਾ ਵਾ ਉਹ ਪਿੰਡ ਪਿੰਡ ਨਹੀਂ ਰਹਿੰਦਾ ਫਿਰ ਉਹ ਪਿੰਡ ਸ਼ਹਿਰ ਵੱਲ ਨੂੰ ਜਾਂ ਕਹਿ ਦੋ ਆਪਣਾ ਰੂਪ ਹੈ ਜਿਹੜਾ ਉਹ ਬਦਲਣ ਲੱਗ ਜਾਂਦਾ ਇਸ ਤਰ੍ਹਾਂ ਦੇ ਪਿੰਡ ਜਿੱਥੇ ਤੁਹਾਨੂੰ ਜੜੀਆਂ ਦੁਕਾਨਾਂ ਜਿੱਥੇ ਤੁਹਾਨੂੰ ਫੈਕਟਰੀਆਂ ਜਿੱਥੇ ਤੁਹਾਨੂੰ ਇਹ ਚੀਜ਼ ਦਿਖਣ ਲੱਗ ਜਵੇ ਵੀ ਇਹ ਹੁਣ ਪਿੰਡ ਨਹੀਂ ਹੈਗਾ ਇਹ ਸ਼ਹਿਰ ਆ ਤਾਂ ਫਿਰ ਉਹਨੂੰ ਅਸੀਂ ਕਿਹੜਾ ਕਹਿੰਦੇ ਆ ਉਹਨੂੰ ਕਹਿੰਦੇ ਆ ਅਸੀਂ ਸ਼ਹਿਰੀ ਪਿੰਡ ਦੂਸਰੀ ਕਿਸਮ ਦੇ ਵਿੱਚ ਆਪਾਂ ਨਾਮ ਲੈਨੇ ਆ ਕਸਬਾ ਟਾਊਨ ਤਾਂ ਟਾਊਨ ਕੀ ਹੁੰਦਾ ਵਾ ਕਸਬਾ ਕੀ ਹੁੰਦਾ ਵਾ ਫਿਰ ਜਦੋਂ ਇੱਕ ਪਿੰਡ ਸ਼ਹਿਰ ਵੱਲ ਤਬਦੀਲ ਹੁੰਦਾ ਤਾਂ ਪਹਿਲੇ ਇਹ ਨਹੀਂ ਹੈਗਾ ਵੀ ਸਾਰੇ ਦੇ ਸਾਰੇ ਸ਼ਹਿਰ ਨੇ ਜਿਹੜੇ ਉਹਨਾਂ ਨੂੰ ਅਲੱਗ ਤੋਂ ਵਸਾਇਆ ਗਿਆ ਕਿਸੇ ਟਾਈਮ ਉਹ ਇੱਕ ਪਿੰਡ ਦੀ ਤਰ੍ਹਾਂ ਹੋਂਦ ਵਿੱਚ ਆਏ ਹੌਲੀ ਹੌਲੀ ਉੱਥੇ ਮਨੁੱਖ ਦੀਆਂ ਜਿਹੜੀਆਂ ਆਰਥਿਕ ਕਿਰਿਆਵਾਂ ਨੇ ਉਹ ਵਧੀਆਂ ਮਨੁੱਖ ਨੇ ਜਿਹੜੀਆਂ ਕੰਮ ਨੇ ਜਿਹੜੇ ਉਹ ਆਪਣੇ ਬਦਲੇ ਅਲੱਗ-ਲੱਗ ਮਨੁੱਖਾਂ ਨੇ ਤਾਂ ਫਿਰ ਉਹ ਪਿੰਡ ਤੋਂ ਸ਼ਹਿਰ ਸ਼ਹਿਰ ਤੋਂ ਅੱਗੇ ਉਹਨਾਂ ਦਾ ਜਿਹੜਾ ਕਹਿ ਸਕਦੇ ਆਂ ਵੀ ਜਿਹੜਾ ਦਾਇਰਾ ਵਾ ਉਹ ਵੱਧਦਾ ਚਲਾ ਗਿਆ ਤਾਂ ਕਸਬੇ ਦੇ ਵਿੱਚ ਟਾਊਨ ਦੇ ਵਿੱਚ ਆਪਾਂ ਕਹਿੰਦੇ ਆਂ ਵੀ ਸ਼ਹਿਰੀ ਕੰਮਕਾਜ ਦੇ ਜਿਹੜੇ ਢੰਗ ਤਰੀਕੇ ਨੇ ਉਹ ਬਿਲਕੁਲ ਹੀ ਸਾਨੂੰ ਸਾਫ਼ ਦਿਖਣ ਲੱਗ ਜਾਂਦੇ ਨੇ ਜਦੋਂ ਤੁਸੀਂ ਆਪਣੇ ਪਿੰਡ ਤੋਂ ਬਹੁਤ ਸਾਰੇ ਵਿਦਿਆਰਥੀ ਸ਼ਹਿਰਾਂ ਦੇ ਸਕੂਲਾਂ 'ਚ ਪੜ੍ਹਦੇ ਆ ਤਾਂ ਜਦੋਂ ਪਿੰਡ ਤੋਂ ਸ਼ਹਿਰ ਪਹੁੰਚਦੇ ਆ ਤਾਂ ਜਾਂ ਤੁਸੀਂ ਆਪਣੇ ਕੋਈ ਵੀ ਰੋਜ਼ਮਰਾਂ ਦੀ ਚੀਜ਼ ਲੋਡ ਪੂਰੀ ਕਰਨ ਦੇ ਲਈ ਸ਼ਹਿਰ ਜਾਂਦੇ ਹੋ ਤਦ ਤੁਹਾਨੂੰ ਸ਼ਹਿਰ ਚ ਐਂਟਰ ਹੁੰਦੀ ਸਾਰ ਹੀ ਪਤਾ ਲੱਗਣ ਲੱਗ ਜਾਂਦਾ ਵੀ ਹੁਣ ਇੱਥੋਂ ਸ਼ਹਿਰ ਦਾ ਏਰੀਆ ਚੱਲ ਪਿਆ ਕਿਉਂਕਿ ਸੜਕ ਦੇ ਦੋਨੋਂ ਪਾਸੇ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਦੁਕਾਨਾਂ ਵੱਖ-ਵੱਖ ਤਰ੍ਹਾਂ ਦੀਆਂ ਇੰਡਸਟਰੀਆਂ ਫੈਕਟਰੀਆਂ ਛੋਟੇ ਵੱਡੇ ਵਪਾਰ ਕੇਂਦਰ ਸਾਨੂੰ ਆਮ ਹੀ ਦਿਖਣ ਲੱਗ ਜਾਂਦੀ ਹੈ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਹੁਣ ਅਸੀਂ ਇੱਕ ਪਿੰਡ ਦੇ ਇਲਾਕੇ ਨੂੰ ਖੇਤਾਂ ਦੇ ਇਲਾਕੇ ਨੂੰ ਛੱਡ ਕੇ ਕਿੱਥੇ ਪਹੁੰਚ ਚੁੱਕੇ ਹਾਂ ਸ਼ਹਿਰ ਦੇ ਇਲਾਕੇ ਦੇ ਵਿੱਚ ਪਹੁੰਚ ਚੁੱਕੇ ਹਾਂ ਤਾਂ ਇਹ ਸੀ ਟਾਊਨ ਤੀਸਰੇ ਪੁਆਇੰਟ ਤੇ ਪਹੁੰਚਦੇ ਹਾਂ ਤਾਂ ਤੀਸਰਾ ਹੈ ਸਿਟੀ ਸ਼ਹਿਰ ਜਿਹਦੀ ਆਪਾਂ ਹੁਣੇ-ਹੁਣੇ ਗੱਲ ਕੀਤੀ ਦੇਖੋ ਇਹ ਸਟੈਪ ਬਾਈ ਸਟੈਪ ਗਰੋਥ ਕਰਦੇ ਆ ਪਹਿਲਾਂ ਪਿੰਡ ਤੋਂ ਸ਼ਹਿਰੀ ਪਿੰਡ ਸ਼ਹਿਰੀ ਪਿੰਡ ਤੋਂ ਫਿਰ ਟਾਊਨ ਟਾਊਨ ਤੋਂ ਅੱਗੇ ਜਿਹੜੀ ਆ ਸਿਟੀ ਤਾਂ ਹੁਣ ਆਪਾਂ ਪਹਿਲਾਂ ਹੀ ਕਹਿ ਚੁੱਕੇ ਆ ਫਿਰ ਵਿਦਿਆਰਥੀ ਉਹ ਵੀ ਜੇਕਰ ਇੱਕ ਸ਼ਹਿਰ ਅਸੀਂ ਬਣਾਉਣਾ ਜਾਂ ਕਿਸੇ ਇਲਾਕੇ ਨੂੰ ਸ਼ਹਿਰ ਡਿਕਲੇਅਰ ਕਰਨਾ ਹੈ ਤਾਂ ਫਿਰ ਉੱਥੇ ਜਨਸੰਖਿਆ ਕਿੰਨੀ ਚਾਹੀਦੀ ਸੀ 5000 ਜਾਂ 5000 ਤੋਂ ਜ਼ਿਆਦਾ ਭਾਰਤ ਵਿੱਚ ਕੋਈ ਵੀ ਸ਼ਹਿਰੀ ਵਸਤੀ ਜਿਹਦੀ ਜਨਸੰਖਿਆ ਹੁਣ ਆਪਾਂ ਗੱਲ ਸ਼ਹਿਰ ਦੀ ਕਰ ਰਹੇ ਆਂ ਵੀ ਜੇ ਦੀ ਜਨਸੰਖਿਆ 1 ਲੱਖ ਜਾਂ 1 ਲੱਖ ਤੋਂ ਜ਼ਿਆਦਾ ਹੋਗੀ ਤਾਂ ਉਹਨੂੰ ਅਸੀਂ ਸ਼ਹਿਰ ਦਾ ਨਾਮ ਸਿਟੀ ਦਾ ਨਾਮ ਆ ਜਿਹੜਾ ਉਹ ਦੇ ਦਿੰਨੇ ਆ ਤਾਂ ਹੌਲੀ-ਹੌਲੀ ਇਹ ਜਨਸੰਖਿਆ 5000 ਤੋਂ ਵੱਧਦੀ-ਵੱਧਦੀ 5000 ਤੋਂ ਵੱਧਦੀ-ਵੱਧਦੀ ਆਪਣੀ 1 ਲੱਖ ਤੱਕ ਪਹੁੰਚ ਜਾਂਦੀ ਹੈ ਤੇ ਅਗਲਾ ਜਿਹੜਾ ਪੁਆਇੰਟ ਹੈਗਾ ਸਾਡਾ ਉਹ ਹੈਗਾ ਮਹਾਨਗਰ ਮਹਾਨਗਰ ਜਿੱਥੇ ਜਨਸੰਖਿਆ ਜਿਹੜੀ ਹੈਗੀ ਆ 10 ਲੱਖ ਜਾਂ 10 ਲੱਖ ਤੋਂ ਜ਼ਿਆਦਾ ਚਾਹੀਦੀ ਆ ਤੇਰੇ ਵਿਦਿਆਰਥੀ ਉਹ ਬਹੁਤ ਸਾਰੇ ਛੋਟੇ ਪ੍ਰਸ਼ਨ ਇਹਦੇ ਚੋਂ ਬਣਦੇ ਆ ਵੀ 1981 ਤੱਕ ਕਿੰਨੇ ਮਹਾਨਗਰ ਸੀਗੇ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਵੀ ਲਗਾਤਾਰ ਸ਼ਹਿਰਾਂ ਦੇ ਵਿੱਚ ਗਿਣਤੀ ਹੈ ਜਿਹੜੀ ਉਹ ਵਧ ਰਹੀ ਆ ਤਾਂ 1981 ਦੇ ਵਿੱਚ ਗਿਣਤੀ ਸੀਗੀ ਸਿਰਫ 12 ਭਾਰਤ ਦੀ ਗੱਲ ਕਰ ਰਹੇ ਹਾਂ ਤੇਰੇ ਵਿਦਿਆਰਥੀ ਤਾਂ ਹੁਣ ਫਿਰ 2001 ਦੇ ਵਿੱਚ ਗਿਣਤੀ ਕਿੰਨੀ ਹੋਗੀ 35 ਤੇ 2011 ਦੇ ਵਿੱਚ ਗਿਣਤੀ ਕਿੰਨੀ ਹੋਗੀ 53 ਲਗਾਤਾਰ ਜਿਹੜੇ ਮਹਾਨਗਰ ਨੇ ਉਹਨਾਂ ਦੀ ਗਿਣਤੀ ਵੱਧ ਰਹੀ ਹੈ ਮਹਾਨਗਰ ਉਹ ਇਲਾਕਾ ਉਹ ਸ਼ਹਿਰ ਜਿਹਦੀ ਜਨਸੰਖਿਆ 10 ਲੱਖ ਜਾਂ 10 ਲੱਖ ਤੋਂ ਜ਼ਿਆਦਾ ਤਾਂ ਸਾਡਾ ਸਭ ਤੋਂ ਖੂਬਸੂਰਤ ਸ਼ਹਿਰ ਚੰਡੀਗੜ੍ਹ ਤਾਂ ਚੰਡੀਗੜ੍ਹ ਦੇ ਵਿੱਚ ਜਿਹੜੀ ਜਨਸੰਖਿਆ ਵਾ 10 ਲੱਖ ਤੋਂ ਜ਼ਿਆਦਾ ਵਾ ਤੇ ਅਸੀਂ ਜਦੋਂ ਵੀ ਉਹਨਾਂ ਇਲਾਕਿਆਂ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਪਤਾ ਲੱਗਦਾ ਵੀ ਬਹੁਤ ਸਾਰੇ ਲੋਕ ਬਹੁਤ ਤਰ੍ਹਾਂ ਦੇ ਕੰਮ ਕਰਦੇ ਆ ਤੇ ਉੱਥੇ ਹੀ ਉਹ ਵਸਣ ਲੱਗ ਗਏ ਤੇ ਨੌਕਰੀਆਂ ਕਰਕੇ ਵਪਾਰ ਕਰਕੇ ਲਗਾਤਾਰ ਵੱਡੇ ਸ਼ਹਿਰਾਂ ਦੀ ਜਨਸੰਖਿਆ ਬਹੁਤ ਵੱਧ ਰਹੀ ਆ ਤੇ ਇਹ ਤੇ ਬਾਰ ਬਾਰ ਪ੍ਰਸ਼ਨ ਪੁੱਛਿਆ ਜਾਂਦਾ ਵੀ ਮਹਾਨਗਰ ਕਿਹੜੇ ਕਿਹੜੇ ਨੇ ਮਹਾਨਗਰ ਕੀ ਹੁੰਦਾ ਜ ਜਿਹਦੀ ਜਨਸੰਖਿਆ 10 ਲੱਖ ਤੋਂ ਜ਼ਿਆਦਾ ਤੇ ਮਹਾਨਗਰਾਂ ਦੀ ਗਿਣਤੀ ਕਿੰਨੀ ਆਪਾਂ ਗੱਲ ਕਰ ਲਈ ਕਿਹੜੇ ਕਿਹੜੇ ਮਹਾਨਗਰ ਨੇ ਮਹਾਨਗਰਾਂ ਦੇ ਵਿੱਚ ਮੁੰਬਈ ਕੋਲਕਾਤਾ ਦਿੱਲੀ ਚੇਨਈ ਬੈਂਗਲੁਰੂ ਹਾਈਦਰਾਬਾਦ ਅਹਮਦਾਬਾਦ ਪੰਜਾਬ ਦੇ ਵਿੱਚ ਅੰਮ੍ਰਿਤਸਰ ਲੁਧਿਆਣਾ ਚੰਡੀਗੜ੍ਹ ਤਿੰਨ ਮਹਾਨਗਰ ਨੇ ਪਿਆਰੀ ਵਿਦਿਆਰਥੀਓ ਹੁਣ ਇਸ ਤੋਂ ਵੀ ਅੱਗੇ ਚੱਲਦੇ ਹਾਂ ਵੀ ਬਹੁਤ ਜ਼ਿਆਦਾ ਜਨਸੰਖਿਆ ਵਾਲੇ ਇਲਾਕੇ ਤੁਸੀਂ ਆਪਣੇ ਦਿਮਾਗ ਦੇ ਵਿੱਚ ਹਮੇਸ਼ਾ ਹੀ ਯਾਦ ਰੱਖਣਾ ਵੀ ਆਪਾਂ ਇੱਕ ਇੱਕ ਸਟੈਪ ਇੱਕ ਇੱਕ ਪੌੜੀ ਵੱਧਦੇ ਚੱਲ ਰਹੇ ਹਾਂ ਠੀਕ ਹੈ ਗਿਣਤੀ ਦੇ ਅਨੁਸਾਰ ਇਹ ਉਹ ਇਲਾਕੇ ਨੇ ਪਿਆਰੀ ਵਿਦਿਆਰਥੀਓ ਜਿੱਥੇ ਕਈ ਮਹਾਨਗਰ ਆਪਸ ਵਿੱਚ ਰਲ ਜਾਂਦੇ ਆ ਦੇਖੋ ਛੋਟੇ ਸ਼ਹਿਰ ਰਲ ਗਏ ਤਾਂ ਵੱਡਾ ਸ਼ਹਿਰ ਬਣ ਗਿਆ ਮਹਾਨਗਰ ਬਣ ਗਿਆ ਕਈ ਮਹਾਨਗਰ ਰਲ ਗਏ ਤਾਂ ਫਿਰ ਇੱਥੇ ਵਿਸ਼ਾਲ ਸ਼ਹਿਰੀ ਖੇਤਰ ਜਿਹੜਾ ਬਣਿਆ ਤਾਂ ਜੀਨ ਗਾਰਟਨ ਬਹੁਤ ਹੀ ਜਿਹੜੇ ਸਾਡੇ ਫ੍ਰੈਂਚ ਜੀਓਗ੍ਰਾਫਰ ਜਿਨ੍ਹਾਂ ਨੇ ਬਹੁਤ ਵਿਸਥਾਰ ਨਾਲ ਅਰਬਨ ਪਲੈਨਿੰਗ ਬਾਰੇ ਦੱਸਿਆ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਮਹਾਨ ਖੋਜਾਂ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਇਹ ਪੜ ਰਹੇ ਹਾਂ ਮੈਗਾਪੋਲਿਸ ਤੇ ਇਹਨਾਂ ਦੇ ਇਹਦੇ ਵਿੱਚ ਆਪਾਂ ਨੂੰ ਇਹਨਾਂ ਨੇ ਸਮਝਾਇਆ ਵੀ ਜਿਹੜੇ ਮahanagar ਉਹਨਾਂ ਦੇ ਬਾਹਰੀ ਵਾਧੇ ਦੇ ਨਾਲ ਕਈ ਮahanagar ਇਕੱਠੇ ਹੋ ਜਾਂਦੇ ਆ ਤਾਂ ਫਿਰ ਲਗਾਤਾਰ ਵਾਧੇ ਦੇ ਨਾਲ ਕਈ ਮahanagaranਾਂ ਦੇ ਆਪਸ ਵਿੱਚ ਮਿਕਸ ਹੋਣ ਦੇ ਨਾਲ ਇੱਕ ਵਿਸ਼ਾਲ ਸ਼ਹਿਰੀ ਖੇਤਰ ਆ ਜਿਹੜਾ ਉਹ ਖੌਂਦ ਵਿੱਚ ਆ ਜਾਂਦਾ ਵਾ ਜਿਹੜੇ ਜਿਨ੍ਹਾਂ ਦੀ ਗਿਣਤੀ ਬਹੁਤ ਥੋੜੀ ਆ ਪਰ ਉਹਨਾਂ ਦੀ ਜਨਸੰਖਿਆ ਜਾਂ ਉਹਨਾਂ ਦਾ ਇਲਾਕਾ ਉਹਨਾਂ ਦਾ ਏਰੀਆ ਬਹੁਤ ਵੱਡਾ ਵਾ ਤਾਂ ਇਹਨਾਂ ਅਨੁਸਾਰ ਯੂਐਸਏ ਦੇ ਵਿੱਚ ਬੋਸਟਨ ਵਾਸ਼ਿੰਗਟਨ ਡੀਸੀ ਤੇ ਫਿਰ ਜਾਪਾਨ ਦੇ ਵਿੱਚ ਟੋਕਿਓ ਇਹ ਉਹ ਵਿਸ਼ਾਲ ਸ਼ਹਿਰੀ ਖੇਤਰ ਨੇ ਜਿੱਤੇ ਜਿੱਮੇ ਕਿ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਤਰ੍ਹਾਂ ਦਾ ਬਿਲਡਿੰਗਾਂ ਦਾ ਬਹੁਤ ਵੱਡਾ ਇਕੱਠਾ ਜਿਹਨੂੰ ਅਸੀਂ ਬਹੁਤ ਦੇਖ ਕੇ ਸਮਝ ਸਕਦੇ ਆ ਵੀ ਦੇਖ ਕੇ ਸਮਝ ਸਕਦੇ ਆ ਵੀ ਇਸ ਇਲਾਕੇ ਦੇ ਵਿੱਚ ਜਨਸੰਖਿਆ ਬਹੁਤ ਜ਼ਿਆਦਾ ਆਖਿਰ ਦੇ ਵਿੱਚ ਗੱਲ ਕਰਾਂਗੇ ਸ਼ਹਿਰਾਂ ਦਾ ਸਮੂਹ ਕਨਰਵੇਸ਼ਨ ਨਾਮ ਤੋਂ ਹੀ ਪਿਆਰੇ ਵਿਦਿਆਰਥੀਓ ਪਤਾ ਲੱਗਦਾ ਇਹ ਖੋਜ ਕਿਹਨਾਂ ਦੀ ਆ ਪੈਟਰ ਗੇਟ ਜੀ ਦੀ ਤਾਂ ਪੈਟਰ ਗੇਟ ਜੀ ਨੇ ਕਿਹਾ ਵੀ ਜੇਕਰ ਅਸੀਂ ਛੋਟੇ ਸ਼ਹਿਰਾਂ ਨੂੰ ਰਲਵਾ ਦਈਏ ਪਹਿਲਾਂ ਵਾਲੇ ਪੁਆਇੰਟ ਤੇ ਆਪਾਂ ਨੇ ਕਿਹਾ ਕਈ ਮਹਾਨਗਰ ਰਲ ਗਏ ਤਾਂ ਇੱਥੇ ਆਪਾਂ ਗੱਲ ਕਰ ਰਹੇ ਹਾਂ ਬੀ ਸ਼ਹਿਰਾਂ ਦਾ ਸਮੂਹ ਕੀ ਆ ਵੀ ਜਿੱਥੇ ਅਸੀਂ ਬਹੁਤ ਸਾਰੇ ਛੋਟੇ ਸ਼ਹਿਰਾਂ ਨੂੰ ਰਲਾ ਦਿੰਦੇ ਆ ਤੇ ਇੱਕ ਵੱਡਾ ਸ਼ਹਿਰ ਹੋਂਦ ਵਿੱਚ ਆ ਜਾਂਦਾ ਜਿਹਦੀ ਸਭ ਤੋਂ ਬੈਸਟ ਐਗਜ਼ਾਮਪਲ ਹੈਗੀ ਆ ਕਲਕੱਤਾ ਤਾਂ ਕਲਕੱਤਾ ਛੋਟੇ ਸ਼ਹਿਰਾਂ ਦਾ ਇੱਕ ਸਮੂਹ ਆ ਜਿਹਦਾ ਨਾਮ ਅਸੀਂ ਇਕੱਠਾ ਕਰਕੇ ਇੱਕ ਵੱਡੇ ਸ਼ਹਿਰ ਦਾ ਨਾਮ ਅਸੀਂ ਦੇ ਦਿੱਤਾ ਜਿਹਦੇ ਵਿੱਚ ਕਿੰਨੇ ਸ਼ਹਿਰ ਨੇ ਤੁਸੀਂ ਇਹਨੂੰ ਨੋਟ ਕਰਨਾ ਤੁਸੀਂ ਯਾਦ ਰੱਖਣਾ ਵਾ ਕਿ ਇੱਕ ਅਜਿਹੇ ਇਲਾਕਾ ਜਿਹਦੇ ਜਿਹਦੇ ਵਿੱਚ ਬਹੁਤ ਸਾਰੇ ਛੋਟੇ ਸ਼ਹਿਰ ਨੇ ਜਿਹੜੇ ਉਹਨਾਂ ਨੂੰ ਰਲਾਇਆ ਗਿਆ ਤਾਂ ਕਲਕੱਤੇ ਦੇ ਵਿੱਚ ਹੁਗਲੀ ਦਰਿਆ ਦੇ ਦੋਵੇਂ ਪਾਸੇ 569 ਵਰਕਿਲੋਮੀਟਰ ਦੇ ਵਿੱਚ ਇਹ ਇਲਾਕਾ ਫੈਲਿਆ ਹੋਇਆ ਹੈ ਇਹਦੇ ਵਿੱਚ ਹਾਵੜਾ ਡਮਡਮ ਕਾਲੀਕਾਟ ਵਿਸ਼ਨੂਪੁਰ ਡਾਇਮੰਡ ਹਾਰਬਰ ਇਦਾਂ ਦੇ ਬਹੁਤ ਛੋਟੇ-ਛੋਟੇ ਕਿੰਨੇ 85 ਯਾਦ ਰੱਖਣਾ ਪਿਆ ਪਿਆਰੇ ਵਿਦਿਆਰਥੀਓ ਕਲਕੱਤਾ ਕਿੰਨੇ ਸ਼ਹਿਰਾਂ ਦਾ ਸਮੂਹ ਆ 85 ਸ਼ਹਿਰਾਂ ਦਾ ਸਮੂਹ ਆ ਜਿਹਦਾ ਇਕੱਠਾ ਕਰਕੇ ਨਾਮ ਕੀ ਰੱਖਿਆ ਗਿਆ ਕਨਰਵੇਸ਼ਨ ਤੇ ਮੈਨੂੰ ਪੂਰੀ ਉਮੀਦ ਆ ਵੀ ਅੱਜ ਅਸੀਂ ਹਿਊਮਨ ਸੈਟਲਮੈਂਟ ਮਨੁੱਖੀ ਬਸਤੀਆਂ ਦਾ ਜੋ ਇੱਕ ਟੌਪਿਕ ਸਮਝਿਆ ਪਿਆਰੇ ਵਿਦਿਆਰਥੀਆਂ ਨੂੰ ਸਮਝ ਲੱਗਿਆ ਹੋਊਗਾ ਫਿਰ ਵੀ ਜੇਕਰ ਤੁਹਾਡਾ ਕੋਈ ਸਵਾਲ ਰਹਿ ਜਾਂਦਾ ਤੁਸੀਂ ਆਪਣੇ ਸਤਿਕਾਰਯੋਗ ਅਧਿਆਪਕ ਸਹਿਬਾਨ ਤੇ ਤੁਸੀਂ ਮੇਰੇ ਤੋਂ ਵੀ ਪੁੱਛ ਸਕਦੇ ਹੋ ਆਪ ਸਭ ਦਾ ਇਸ ਲੈਕਚਰ ਨੂੰ ਸੁਣਨ ਤੇ ਬਹੁਤ ਬਹੁਤ ਧੰਨਵਾਦ